जीअड़ा यगन बराबर तप पीतर वगै काती प्रणवत नानक हुकुम पछाण सुख होवै दिन राती तेरे दर शहर यार जोया कर दे जीपा बिच रस दातिया तू भर दे कल्याणों बख्श दे तू राज पादशाह रख ली न माणिया दी लाज पादशाह सरोते दा बागो बाग जी ਉੱਤੇ ਜਿਵੇਂ ਪੇਲਦਾ ਨਾਗ ਜੀ ਹੋਰ ਸਰਾਂ ਦੇ ਵਿੱਚ ਤੂੰ ਬਰਾਜ ਪਾਤਸ਼ਾਹ ਰੱਖ ਲਈ ਨਮਾਣਿਆਂ ਦੀ ਲਾਜ ਪਾਤਸ਼ਾਹ ਸੰਗਤਾਂ ਨੇ ਗੁੰਦਾ ਸੁਣ ਕਾ ਬਹਾਰ ਮੈਂ ਸੰਗਤਾਂ ਲਈ ਗੁੰਦਾ ਸੁਣ ਕਾ ਬਹਾਰ ਮੈਂ ਪਤਝੜਾਂ ਵਿੱਚ ਖੇਡਦਾ ਬਹਾਰ ਮੈਂ ਛੰਦਾਂ ਚੋਂ ਵੱਜਣ ਆਪੇ ਸਾਜ ਪਾਤਸ਼ਾਹ ਰੱਖ ਲਈ ਨਮਾਣਿਆਂ ਦੀ ਲਾਜ ਪਾਤਸ਼ਾਹ ਨਾਮ ਦੀਆਂ ਰਹਿਣ ਚੜੀਆਂ ਖੁਮਾਰੀਆਂ ਉੱਚੀਆਂ ਆਕਾਸ਼ੀ ਮਾਰੀਏ ਉਡਾਰੀਆਂ ਮੇਰ ਕਰ ਨਾਮ ਦੇ ਜਹਾਜ ਪਾਤਸ਼ਾਹ ਰੱਖ ਲਈ ਨਮਾਣਿਆਂ ਦੀ ਲਾਜ ਪਾਤਸ਼ਾਹ ਫਿੱਕੇ ਬੋਲ ਛੱਡ ਮਿੱਠੀ ਬਾਣੀ ਬੋਲੀਏ ਸਭਾ ਵਿੱਚ ਸੱਚ ਕਹਿਣ ਤੋਂ ਨਾ ਡੋਲੀਏ ਖੋਲ ਦਿਆਂ ਪਖੰਡੀਆਂ ਦੇ ਪਾਜ ਪਾਤਸ਼ਾਹ ਖੋਲ ਦਿਆਂ ਪਖੰਡੀਆਂ ਦੇ ਪਾਜ ਪਾਤਸ਼ਾਹ ਰੱਖ ਲਈ ਨਮਾਣਿਆਂ ਦੀ ਲਾਜ ਪਾਤਸ਼ਾਹ ਜੋੜ ਦਿਓ ਨਫ਼ਰਤ ਦਾ ਦਿਲ ਵਿੱਚੋਂ ਕੱਢ ਫੋੜ ਦਿਓ ਈਰਖਾ ਮਨਾ ਚੋਂ ਜਾਵੇ ਪਾਜ ਪਾਤਸ਼ਾਹ ਰੱਖ ਲਈ ਨਮਾਣਿਆਂ ਦੀ ਲਾਜ ਪਾਤਸ਼ਾਹ ਦਰੀਆਂ ਨਾ ਧਰਮ ਦੇ ਠੇਕੇਦਾਰਾਂ ਤੋਂ ਦਰੀਏ ਨਾ ਧਰਮ ਦੇ ਆ ਠੇਕੇਦਾਰਾਂ ਤੋਂ ਨਾਮ ਤਾਰੀਕ ਬੋਲੇ ਜਥੇਦਾਰਾਂ ਤੋਂ ਕਰੀ ਨਾ ਤੂੰ ਕਿਸੇ ਦੇ ਮਥਾਜ ਪਾਤਸ਼ਾਹ ਰੱਖ ਲਈ ਨਮਾਣਿਆਂ ਦੀ ਲਾਜ ਪਾਤਸ਼ਾਹ ਜਗ ਚੋਂ ਨਸੂਰ ਕੱਢ ਦੇਵੋ ਅੱਤ ਦਾ ਹਰ ਵੇਲੇ ਭਲਾ ਮੰਗਾ ਸੁਰ ਬੱਤ ਦਾ ਪਿਆਰ ਵਾਲਾ ਉਸਰੇ ਸਮਾਜ ਪਾਤਸ਼ਾਹ ਰੱਖ ਲਈ ਨਮਾਣਿਆਂ ਦੀ ਲਾਜ ਪਾਤਸ਼ਾਹ ਦਾਦਾ ਰਸ ਮੂਲੋਂ ਪਾਵੇ ਨਾ ਖੁਸ਼ਾਮਦ ਦਾ ਰੋਗ ਕਦੇ ਵੀ ਸਤਾਵੇ ਨਾ ਸੱਚ ਤੋਂ ਕੋਈ ਹੋਵੇ ਨਾ ਨਾਰਾਜ ਪਾਤਸ਼ਾਹ ਰੱਖ ਲਈ ਨਮਾਣਿਆਂ ਦੀ ਲਾਜ ਪਾਤਸ਼ਾਹ ਛੱਡ ਪਾਲੀਏ ਮੁਹੱਬਤਾਂ ਵੱਡਿਆਂ ਦੇ ਕਹੇ ਰਹੀਏ ਵਿੱਚ ਜੱਪਤਾ ਉਠਾਇਓ ਲਟਾ ਦੀਏ ਰਵਾਜ ਪਾਤਸ਼ਾਹ ਰੱਖ ਲਈ ਨਮਾਣਿਆਂ ਦੀ ਲਾਜ ਪਾਤਸ਼ਾਹ ਬੱਚੇ ਕੋਲ ਸੁੱਖ ਕਾਰਾ ਧਨ ਬੰਗਲੇ ਸੋਹਣਾ ਪਰਿਵਾਰ ਤੇ ਸੱਜਣਾ ਰੰਗਲੇ ਚੰਗਾ ਨਾ ਕੋਈ ਤੇਰੇ ਨਾਮ ਬਾਜ ਪਾਤਸ਼ਾਹ ਚੰਗਾ ਨਾ ਕੋਈ ਤੇਰੇ ਨਾਮ ਬਾਜ ਪਾਤਸ਼ਾਹ ਰੱਖ ਲਈ ਨਮਾਣਿਆਂ ਦੀ ਲਾਜ ਪਾਤਸ਼ਾਹ ਜ਼ਿੰਦਗੀ ਨੂੰ ਮਾਣਾ ਜਿੱਤ ਕੇ ਚਾਹੇ ਹਰਦੇ ਆਂ ਨਿਭ ਜੇ ਉਮਰ ਤੇਰਾ ਜਸ ਕਰਦੇ ਆਂ ਹੋਰ ਮੈਨੂੰ ਆਉਂਦਾ ਨਹੀਂ ਕੋਈ ਕਾਜ ਪਾਤਸ਼ਾਹ ਰੱਖ ਲਈ ਨਮਾਣਿਆਂ ਦੀ ਲਾਜ ਪਾਤਸ਼ਾਹ ਚਾੜਦਾ ਆਕਾਸ਼ੀ ਗੁਰਮੁਖਾ ਨਾ ਚੀਜ ਹੈ ਭੁੱਲੇ ਨਾ ਤੂੰ ਕਦੇ ਬਸ ਇੱਕੋ ਰੀਜ ਹੈ ਜੋਗਿਆਂ ਨੂੰ ਬਖਸ਼ ਦੇ ਤੂੰ ਤਾਜ ਪਾਤਸ਼ਾਹ ਰੱਖ ਲਈ ਨਮਾਣਿਆਂ ਦੀ ਲਾਜ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ
ਬਾਬਾ ਮਾਨ ਜੀ ਦੇ ਪਵਿੱਤਰ ਸਥਾਨ ਤੇ ਸਾਲਾਨਾ ਜੋੜ ਮੇਲੇ ਦੀ ਹਾਜ਼ਰੀ ਭਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ ਸਮਾਈ ਭਾਈ ਮੁੱਖ ਪਵਿੱਤਰ ਕਰੋ ਫਤਿਹ ਦੀ ਸਾਂਝ ਪਾਓ ਚੜ੍ਹਦੀ ਕਲਾ ਵਿੱਚ ਆਓ ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤੋਂ ਪਹਿਲਾਂ ਚੰਗੇ ਚੰਗੇ ਪੰਥ ਦੇ ਵਿਦਵਾਨ ਪੰਥਕ ਸ਼ਖਸ਼ੀਅਤਾਂ ਜਿਨ੍ਹਾਂ ਵਿੱਚ ਸਤਿਕਾਰਯੋਗ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਜੋ ਮਹਾਨ ਮੋਰਚਾ ਬਰਗਾੜੀ ਵਿਖੇ ਲਾਈ ਬੈਠੇ ਹੈ ਪਿਛਲੇ ਤਕਰੀਬਨ 4.5 ਮਹੀਨਿਆਂ ਤੋਂ ਲੈ ਕੇ ਉਸ ਮੋਰਚੇ ਦੀ ਸਫਲਤਾ ਵਾਸਤੇ ਔਰ ਤੁਹਾਨੂੰ ਹਕੀਕਤ ਅਸਲੀਅਤ ਤੋਂ ਜਾਣੂ ਕਰਵਾਉਂਦੇ ਹਾਂ ਬੜੇ ਵਿਸਤਾਰ ਨਾਲ ਉਹਨਾਂ ਨੇ ਬਹੁਤ ਕੁਝ ਕਿਹਾ ਹੈ। ਸਮਾਂ ਅੱਜ ਮੰਗ ਕਰਦਾ ਹੈ ਕਿ ਅਸੀਂ ਸੱਚ ਨੂੰ ਪਛਾਣਨ ਦਾ ਯਤਨ ਕਰੀਏ। ਗੁਰੂ ਸਾਹਿਬਾਂ ਨੇ ਸਾਨੂੰ ਆਜ਼ਾਦੀ ਦਿੱਤੀ ਹੈ, ਸਾਡਾ ਇਤਿਹਾਸ ਹੈ। ਜੇ ਕਿਤੇ ਮੜੀ ਨੂੰ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਆਪ ਆਪਣੇ ਤੀਰ ਨਾਲ ਸਜਦਾ ਕਰਦੇ ਹੈ ਤੇ ਸਾਡੇ ਖਾਲਸੇ ਵਿੱਚ ਇੰਨੀ ਜ਼ੁਰਤ ਹੈ। ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤਨਖਾਹੀਆ ਕਰਾਰ ਦੇ ਦਿੰਦੇ, ਤੁਸੀਂ ਸਾਨੂੰ ਕਿਹਾ ਗੋਰ ਮੜੀ ਮੱਢ ਭੂਲ ਨਾ ਮਾਨੇ, ਤੇ ਤੁਸੀਂ ਆਹ ਕੀ ਕਰ ਰਹੇ ਹੋ? ਇਹ ਜ਼ੁਰਤ ਪੰਥ ਅੰਦਰ ਕਲਗੀਧਰ ਪਾਤਸ਼ਾਹ ਨੇ ਭਰੀ ਸੀ ਤੇ ਸੱਚੇ ਪਾਤਸ਼ਾਹ ਨੇ ਆਖਿਆ ਮੈਂ ਇਹੋ ਹੀ ਵੇਖਣਾ ਸੀ। ਤੁਹਾਡੇ ਵਿੱਚ ਤਾਕਤ ਹੈ, ਜੋ ਮੈਂ ਤੁਹਾਨੂੰ ਸਬਕ ਸਿਖਾਇਆ ਉਹਦੇ ਤੇ ਪਹਿਰਾ ਦਿੰਦੇ ਹੋ? ਜੇ ਤੁਸੀਂ ਗੁਰੂ ਨੂੰ ਕਹਿ ਸਕਦੇ ਹੋ ਤੇ ਕੱਲ ਨੂੰ ਕੋਈ ਵੱਡੇ ਤੋਂ ਵੱਡਾ ਬੰਦਾ ਵੀ ਜੋ ਗਲਤੀ ਕਰੇਗਾ ਉਹਨੂੰ ਸੱਚ ਕਹਿਣ ਦੀ ਜ਼ਰੂਰਤ ਤੁਸੀਂ ਜ਼ਰੂਰ ਰੱਖੋਗੇ, ਮੈਂ ਵੇਖ ਲਿਆ। ਮੇਰਾ ਕਹਿਣ ਤੋਂ ਭਾਵ ਅੱਜ ਆਗੂ ਲੀਡਰ ਜੋ ਮਰਜ਼ੀ ਕਰੀ ਜਾਵੇ, ਸਾਡੇ ਵਿੱਚੋਂ ਉਹ ਜ਼ਮੀਰ ਮਰ ਗਈ ਸੱਚ ਕਹਿਣ ਦੀ, ਗੱਲ ਕਹਿਣ ਦੀ ਮੂੰਹ ਤੇ। ਅਸੀਂ ਘਬਰਾ ਜਾਂਦੇ ਹਾਂ, ਅਸਤੀਫੇ ਇੱਕ ਵੱਖਰੀ ਗੱਲ ਹੈ, ਪਰ ਉਹ ਸੱਚੀ ਗੱਲ ਕਹਿਣੀ ਇਹ ਜ਼ਰੂਰ ਹੈ। ਅੱਜ ਬਣ ਗਈ ਕੌਮ ਵਾਸਤੇ ਲੋੜ ਹੈ, ਕਿਉਂਕਿ ਅਕਾਲੀ ਦਲ ਕਿਸੇ ਦੀ ਜੱਦੀ ਜਾਇਦਾਦ ਨਹੀਂ, ਇਹ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ। ਬੜੀਆਂ ਕੁਰਬਾਨੀਆਂ ਦੇ ਨਾਲ ਇਹ ਅਕਾਲੀ ਦਲ ਬਣਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਕਿੰਨੀਆਂ ਸ਼ਹਾਦਤਾਂ ਹੋਈਆਂ ਉਹ ਨਰੈਣੂ ਮਹੰਤ ਨੂੰ ਕੱਢਣ ਵਾਸਤੇ, ਭਾਈ ਲਛਮਣ ਸਿੰਘ ਜੀ ਵਰਗੇ ਸੜ ਮਰੇ ਕਿੰਨੇ ਪਰਵਾਨੇ, ਕਿੰਨੀਆਂ ਸ਼ਹਾਦਤਾਂ ਹੋਈਆਂ, ਕਿੰਨੇ ਮੋਰਚੇ ਲੱਗੇ। ਇਹਨਾਂ ਮੋਰਚਿਆਂ ਦਾ ਸਦਕਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਹੋਈ ਤੇ ਇਹਨੂੰ ਆਜ਼ਾਦ ਅੱਜ ਵੀ ਕਰਾਉਣ ਦੀ ਲੋੜ ਮਹਿਸੂਸ ਹੋ ਰਹੀ ਹੈ। ਸੋ ਇਹੀ ਵਿਚਾਰਾਂ ਕਰਕੇ ਭਾਈ ਸਾਹਿਬ ਗਏ ਹਨ। ਬਹੁਤ ਸਾਰੇ ਸੰਗਤ ਵੱਲੋਂ, ਵੀਰਾਂ ਵੱਲੋਂ, ਭੈਣਾਂ ਵੱਲੋਂ ਇਤਿਹਾਸ ਦੇ ਮਾਣ ਵਿੱਚ ਮਾਇਆ ਆਈ ਹੈ। ਸਤਿਗੁਰੂ ਚੜ੍ਹਦੀ ਕਲਾ ਕਰੇ, ਕੌਮ ਦੇ ਮਹਾਨ ਸ਼ਹੀਦ ਤੁਹਾਡੇ ਇਲਾਕੇ ਦੇ ਕੌਣ ਨਹੀਂ ਜਾਣਦਾ, ਬਾਬਾ ਜਗਰਾਜ ਸਿੰਘ ਜੀ ਤੂਫਾਨ, ਉਹਨਾਂ ਦੇ ਮਹਾਨ ਮੇਰੇ ਵੀਰ ਇੰਦਰਜੀਤ ਸਿੰਘ ਜੀ, ਉਹਨਾਂ ਵੱਲੋਂ 100 ਰੁਪਇਆ ਇਤਿਹਾਸ ਦੇ ਮਾਣ ਵਿੱਚ ਮਾਇਆ ਹਾਜ਼ਰ ਹੈ। ਸਤਿਗੁਰੂ ਚੜ੍ਹਦੀ ਕਲਾ ਕਰੇ, ਬਾਬਾ ਕੁਲਦੀਪ ਸਿੰਘ ਜੀ ਨਗਰ ਕਿੜੀ ਵਾਲੇ, ਉਹਨਾਂ ਵੱਲੋਂ ਜਥੇ ਦੇ ਮਾਣ ਵਿੱਚ 100 ਰੁਪਇਆ ਮਾਇਆ ਆਈ ਹੈ। ਬਾਬਾ ਜੀ ਬਲਜੀਤ ਸਿੰਘ ਜੀ, ਉਹਨਾਂ ਦੇ ਸਿੰਘਾਂ ਵੱਲੋਂ ਵੀ ਸਤਿਕਾਰ ਆਇਆ, ਮੈਂ ਧੰਨਵਾਦ ਕਰਦਾ। ਸੱਚੇ ਪਾਤਸ਼ਾਹ ਕਿਰਪਾ ਕਰੇ, ਸੱਚ ਤੇ ਚੱਲਣ ਦਾ ਬਲ ਬਖਸ਼ੇ ਮੇਰਾ ਸਤਿਗੁਰੂ। ਆਓ, ਗੱਲ ਤੇ ਹੋਰ ਕੁਝ ਕਹਿਣੀ ਸੀ, ਸਮਾਂ ਇਹੋ ਜਿਹਾ ਬਣ ਗਿਆ ਹੈ। 1984 ਦਾ ਸਾਕਾ ਹੋਇਆ, ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲੀਆਂ ਲੱਗੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਢਾਇਆ ਗਿਆ ਤੋਪਾਂ ਟੈਂਕਾਂ ਦੇ ਗੋਲਿਆਂ ਦੇ ਨਾਲ। ਦਰਸ਼ਨੀ ਡਿਓੜੀ ਢੱਠੀ, ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਇਹ ਪਾਪ ਕਹਿਰ ਅਨਰਥ ਕੀਤਾ ਗਿਆ। ਮਾਸੂਮ ਛੋਟੇ ਛੋਟੇ ਬੱਚੇ ਪਾਣੀ ਵਾਸਤੇ ਵਿਲਕਦੇ ਰਹੇ, ਬੇਦਰਦਾਂ ਨੇ ਪੱਥਰਾਂ ਨਾਲ ਮਾਰ ਮਾਰ ਕੇ ਉਹਨਾਂ ਨੂੰ ਮਾਰਿਆ, ਧੀਆਂ ਭੈਣਾਂ ਦੀਆਂ ਇੱਟਾਂ ਲੁੱਟੀਆਂ ਗਈਆਂ। ਉਹ ਢੱਠਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਦਰਸ਼ਨੀ ਡਿਓੜੀ, ਆਪਣੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਦਰਸ਼ਨ ਕੀਤੇ ਹੋਣਗੇ, ਸ਼ਾਇਦ ਹੀ ਕੋਈ ਰਿਹਾ ਹੋਵੇ, ਪਰ ਵੇਖਣ ਵੇਖਣ ਵਿੱਚ ਫਰਕ ਹੈ। 3 ਸੂਰਮੇ ਆਏ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ। ਉਹਨਾਂ ਨੇ ਜਦੋਂ ਤੱਕਿਆ, ਸੀਨਾ ਪਾੜ ਗਿਆ, ਅੱਖਾਂ ਵਿੱਚ ਲਾਲੀ ਆ ਗਈ, ਜਿਹਦੇ ਹੁਕਮ ਨਾਲ ਇਹ ਕਹਿਰ ਹੋਇਆ ਉਹਨੂੰ ਅਸੀਂ ਮਾਫ਼ ਨਹੀਂ ਕਰਨਾ। ਸੱਚੇ ਪਾਤਸ਼ਾਹ ਨੇ ਬਲ ਬਖਸ਼ਿਆ। 31 ਅਕਤੂਬਰ 1984 ਵਾਲੇ ਦਿਨ ਬੀਬੀ ਇੰਦਰਾ ਨੂੰ ਇਹਨਾਂ ਜਵਾਨਾਂ ਨੇ ਸੋਹ ਦਿੱਤਾ। ਇਹਨਾਂ ਵਿੱਚ ਸੀ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਆਪਣੇ ਜ਼ਿਲ੍ਹੇ ਦਾ। ਇਹ ਕਾਰਾ ਕਰਨ ਤੋਂ ਪਹਿਲਾਂ
ਇਹਦੀ ਮੰਗਣੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੀ ਉਹ ਰਮਦਾਸ ਬਾਬਾ ਬੁੱਢਾ ਜੀ ਦਾ ਜੋ ਸਥਾਨ ਹੈ ਉਹਦੇ ਲਾਗੇ ਛੋਟਾ ਜਿਹਾ ਪਿੰਡ ਹੈ ਜੱਟਾ। ਸਰਦਾਰ ਵਿਰਸਾ ਸਿੰਘ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਬੱਚੀ ਨੇ ਜਨਮ ਲਿਆ, ਮਾਪਿਆਂ ਨਾਮ ਰੱਖਿਆ ਸੁਰਿੰਦਰ ਕੌਰ। ਮੰਗਣੀ ਹੋਈ ਹੈ ਜੇ ਸ਼ਾਦੀ ਨਹੀਂ ਹੋਈ, ਸੂਰਮਾ ਇਹ ਕਾਰਾ ਕਰ ਗਿਆ, ਬੈਂਤ ਸਿੰਘ ਤਾਂ ਉੱਥੇ ਸ਼ਹੀਦ ਕਰ ਦਿੱਤਾ ਗਿਆ ਕਮਾਂਡੋਆਂ ਵੱਲੋਂ। ਸਤਵੰਤ ਸਿੰਘ ਨੂੰ ਵੀ ਗੋਲੀਆਂ ਲੱਗੀਆਂ ਪਰ ਸੂਰਮਾ ਬਚ ਗਿਆ, ਉਹਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਇਹ ਬੀਬੀ ਸੁਰਿੰਦਰ ਕੌਰ ਪਰਿਵਾਰ ਦੇ ਨਾਲ ਮੁਲਾਕਾਤ ਵਾਸਤੇ ਦਿੱਲੀ ਜਾਂਦੀ ਹੈ। ਇੱਕ ਦੋ ਮੁਲਾਕਾਤਾਂ ਇਸ ਬੀਬੀ ਦੀਆਂ ਹੋਈਆਂ, ਸਾਡੇ ਕਿਸੇ ਆਪਣੇ ਨੇ ਚੁਗਲੀ ਲਾਈ, ਇਹਨੂੰ ਕਿਹਨੇ ਹੱਕ ਦਿੱਤਾ, ਇਹਦੀ ਤੇ ਅਜੇ ਸ਼ਾਦੀ ਨਹੀਂ ਹੋਈ, ਵਿਆਹ ਨਹੀਂ ਹੋਇਆ, ਕਿਸ ਬਣਾ ਤੇ ਇਹਦੀ ਮੁਲਾਕਾਤ ਸਤਵੰਤ ਸਿੰਘ ਦੇ ਨਾਲ ਕੀਤੀ ਜਾ ਰਹੀ। ਜਦੋਂ ਪਤਾ ਲੱਗਾ ਸਰਕਾਰੀ ਅਧਿਕਾਰੀਆਂ ਨੂੰ, ਉਹਨਾਂ ਨੇ ਬੀਬੀ ਦੀ ਮੁਲਾਕਾਤ ਤੇ ਪਾਬੰਦੀ ਲਾ ਦਿੱਤੀ। ਬੀਬੀ ਉਦਾਸ ਰਹਿਣ ਲੱਗ ਪਈ, ਪਰਿਵਾਰ ਦੇ ਜੀਆਂ ਨੇ ਦੋਵਾਂ ਟੱਬਰਾਂ ਨੇ, ਇੱਕ ਪਾਸੇ ਬਾਪੂ ਤਰਲੋਕ ਸਿੰਘ ਸਤਵੰਤ ਸਿੰਘ ਦੇ ਪਿਤਾ, ਇੱਕ ਪਾਸੇ ਇਸ ਬੀਬੀ ਦੇ ਬਾਪ ਸਰਦਾਰ ਵਿਰਸਾ ਸਿੰਘ, ਉਹਨਾਂ ਨੇ ਰਲ ਕੇ ਇੱਕ ਰਾਹ ਕੱਢਿਆ, ਉਹ ਕਰੀਏ ਸਤਵੰਤ ਸਿੰਘ ਤੋਂ ਛੋਟਾ ਹੈ ਸਰਵਣ ਸਿੰਘ, ਉਹਦੇ ਨਾਲ ਇਸ ਬੀਬੀ ਦੀ ਸ਼ਾਦੀ ਕਰ ਦਈਏ। ਭਰਜਾਈ ਹੋਣ ਦੇ ਨਾਤੇ ਇਹਦੀ ਮੁਲਾਕਾਤ ਸਤਵੰਤ ਸਿੰਘ ਦੇ ਨਾਲ ਹੁੰਦੀ ਰਹੇ। ਜਦੋਂ ਇਹ ਗੱਲ ਬੀਬੀ ਨੂੰ ਆਖੀ ਗਈ, ਉਹਨੇ ਆਖਿਆ ਕਦੇ ਵੀ ਨਹੀਂ, ਮੈਂ ਤਨੋ ਮਨੋ ਸਤਵੰਤ ਸਿੰਘ ਨੂੰ ਆਪਣਾ ਪਤੀ ਸਵੀਕਾਰ ਕਰ ਚੁੱਕੀ ਹਾਂ, ਮੈਂ ਹੋਰ ਕਿਸੇ ਨਾਲ ਸ਼ਾਦੀ ਨਹੀਂ ਕਰ ਸਕਦਾ। ਘਰ ਵਿੱਚ ਬੜਾ ਕਲੇਸ਼ ਪੈ ਗਿਆ। ਦੋਨਾਂ ਪਰਿਵਾਰਾਂ ਨੇ ਸੋਚਿਆ, ਸੰਤ ਬਾਬਾ ਠਾਕਰ ਸਿੰਘ ਜੀ ਦਮਨੀ ਟਕਸਾਲ ਦੇ ਮੁਖੀ ਹਨ, ਮਹਿਤਾ ਸਾਹਿਬ, ਉਹਨਾਂ ਕੋਲ ਜਾਇਆ ਜਾਵੇ, ਉਹਨਾਂ ਨੂੰ ਬੇਨਤੀ ਕੀਤੀ ਜਾਵੇ ਇਸ ਬਾਰੇ ਉਹ ਫੈਸਲਾ ਦੇਣ। ਸਾਡੇ ਇਸ ਇਲਾਕੇ ਦੇ ਨੁਮਾਇੰਦੇ ਫਤਿਹ ਜੰਗ ਸਿੰਘ ਬਾਜਵਾ, ਸਰਦਾਰ ਸਤਨਾਮ ਸਿੰਘ ਜੀ ਬਾਜਵਾ ਉਹਨਾਂ ਦੇ ਸਪੁੱਤਰ, ਨਾਲ ਸਾਡੇ ਵੀਰ ਲਾਡੀ ਜੀ ਬਲਵਿੰਦਰ ਸਿੰਘ ਜੀ ਲਾਡੀ, ਬਾਕੀ ਸਾਰੇ ਸੱਜਣ ਆਏ ਹੈ। ਜੀ ਆਇਆਂ ਆਖਿਆ ਜਾਂਦਾ ਹੈ ਕਿਉਂਕਿ ਗੁਰੂ ਘਰ ਹੈ, ਇੱਥੇ ਸਾਰਿਆਂ ਨੂੰ ਸਨਮਾਨ ਮਿਲਦਾ ਹੈ, ਇੱਥੇ ਕਿਸੇ ਨਾਲ ਕੋਈ ਵਿਤ ਵਿਤਕਰਾ ਨਹੀਂ। ਜਿਹੜਾ ਵੀ ਸ਼ਰਧਾ ਭਾਵਨਾ ਨਾਲ ਗੁਰੂ ਦਰਬਾਰ ਵਿੱਚ ਆਉਂਦਾ ਹੈ, ਇਹ ਗੁਰੂ ਨਾਨਕ ਦਾ ਘਰ, ਸਾਰਿਆਂ ਨੂੰ ਗੱਲ ਨਾਲ ਲਾਉਂਦਾ ਹੈ। ਤੇ ਸੇਵਾਦਾਰਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ, ਉਹ ਕਿਰਪਾ ਕਰਕੇ ਆਪਣਾ ਸਨਮਾਨ ਪ੍ਰਾਪਤ ਕਰ ਲੈਣ। ਮੈਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰੂੰਗਾ, ਅੱਗੇ ਸਮਾਂ ਬਹੁਤ ਜ਼ਿਆਦਾ ਪਹਿਲਾਂ ਹੀ ਲੇਟ ਹੋ ਗਿਆ, ਤੁਸੀਂ ਜਲਦੀ ਕਰਕੇ ਇਹ ਸਾਰੀ ਜਿਹੜੀ ਰਸਮ ਹੈ ਇਹ ਨਿਭਾ ਦਿਓ, ਤਾਂ ਕਿ ਇਹਨਾਂ ਆਇਆ ਪਤਵੰਤ ਸੱਜਣਾਂ ਦਾ ਸਤਿਕਾਰ ਕੀਤਾ ਜਾ ਸਕੇ। ਬਲਵਿੰਦਰ ਸਿੰਘ ਜੀ ਲਾਡੀ ਅਤੇ ਜੰਗ ਸਿੰਘ ਜੀ ਬਾਜਵਾ, ਉਹ ਵੀ ਜਾਣਦੇ ਆ ਕਿ ਸਮਾਂ ਬੜਾ ਕੀਮਤੀ ਹੈ, ਸੋ ਉਹਨਾਂ ਦਾ ਸਤਿਕਾਰ ਪ੍ਰਬੰਧਕਾਂ ਨੂੰ ਬੇਨਤੀ ਹੈ ਕੀਤਾ ਜਾਵੇ। ਸਰਦਾਰ ਬਲਵਿੰਦਰ ਸਿੰਘ ਜੀ ਲਾਡੀ ਸਾਡੇ ਹਲਕੇ ਦੇ ਨੁਮਾਇੰਦੇ, ਬੋਲੇ ਸੋਨਾ ਜੀ। ਆਪਣਾ ਧਿਆਨ ਉਸ ਪ੍ਰਸੰਗ ਤੇ ਲੈ ਚੱਲੋ ਮੈਂ ਬੇਨਤੀ ਕਰ ਰਿਹਾ ਸਾਂ, ਜਦੋਂ ਇਹ ਝਗੜਾ ਪੈ ਗਿਆ, ਇਹ ਦੋਨੇ ਪਰਿਵਾਰ ਮਹਿਤਾ ਸਾਹਿਬ ਆਏ, ਬਾਬਾ ਜੀ ਨੂੰ ਬੇਨਤੀ ਕੀਤੀ। ਬਾਬਾ ਜੀ ਬੜੇ ਦੂਰ ਅੰਦੇਸ਼ੀ ਮਹਾਂਪੁਰਸ਼ਾਂ ਨੂੰ, ਉਹਨਾਂ ਨੇ ਆਖਿਆ ਮਸਲਾ ਬੜਾ ਗੰਭੀਰ ਹੈ, ਕਿਉਂ ਨਾ ਇਹਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲਿਜਾਇਆ ਜਾਵੇ, ਅਕਾਲ ਤਖ਼ਤ ਜੋ ਫੈਸਲਾ ਦੇਵੇ ਉਹ ਦੋਵਾਂ ਧਿਰਾਂ ਨੂੰ ਮੰਨਣਾ ਪਵੇਗਾ। ਡਿਊਟੀ ਲੱਗੀ ਭਾਈ ਮੋਹਕਮ ਸਿੰਘ ਹੋਰਾਂ ਦੀ, ਉਹ ਇਹਨਾਂ ਦੋਨਾਂ ਪਰਿਵਾਰਾਂ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ।
ਉਸ ਵੇਲੇ ਜਥੇਦਾਰ ਸਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ, ਹੈੱਡ ਗ੍ਰੰਥੀ ਸਨ ਹਰਿਮੰਦਰ ਸਾਹਿਬ ਦੇ ਗਿਆਨੀ ਪੂਰਨ ਸਿੰਘ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਨ ਗਿਆਨੀ ਕਸ਼ਮੀਰ ਸਿੰਘ ਜੀ, ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਉਸ ਵੇਲੇ ਜਥੇਦਾਰ ਸਨ ਸਿੰਘ ਸਾਹਿਬ ਭਾਈ ਜਸਵੰਤ ਸਿੰਘ ਜੀ ਜੋ ਅੱਜ ਕੱਲ੍ਹ ਕੈਨੇਡਾ ਵਿੱਚ ਹਨ। ਇਸੇ ਤਰ੍ਹਾਂ ਕੇਸਗੜ੍ਹ ਸ੍ਰੀ ਆਨੰਦਪੁਰ ਸਾਹਿਬ ਦੇ ਉਸ ਵੇਲੇ ਜਥੇਦਾਰ ਸਨ ਸਿੰਘ ਸਾਹਿਬ ਭਾਈ ਸੁਰਿੰਦਰ ਸਿੰਘ ਜੀ। ਇਹਨਾਂ ਪੰਜ ਸਿੰਘ ਸਾਹਿਬਾਨਾਂ ਦੇ ਸਾਹਮਣੇ ਭਾਈ ਮੋਹਕਮ ਸਿੰਘ ਨੇ ਜਾ ਕੇ ਕੇਸ ਰੱਖਿਆ, ਆਖਿਆ ਸਿੰਘ ਸਾਹਿਬ ਜੀ ਆਹ ਸਤਵੰਤ ਸਿੰਘ ਦਾ ਪਰਿਵਾਰ ਹੈ, ਆਹ ਸਤਵੰਤ ਸਿੰਘ ਦੀ ਮੰਗੇਤਰ ਬੀਬੀ ਸੁਰਿੰਦਰ ਕੌਰ ਦਾ ਪਰਿਵਾਰ ਹੈ, ਇਹ ਦੋਨੋਂ ਪਰਿਵਾਰ ਇਸ ਬੀਬੀ ਨੂੰ ਸਮਝਾ ਰਹੇ ਹਨ ਪਰ ਇਹ ਬੀਬੀ ਮੰਨ ਨਹੀਂ ਰਹੀ, ਤੁਸੀਂ ਕਿਰਪਾ ਕਰਕੇ ਇਹਨੂੰ ਸਮਝਾਓ। ਸਿੰਘ ਸਾਹਿਬ ਭਾਈ ਜਸਵੀਰ ਸਿੰਘ ਨੇ ਕਹਿਣਾ ਸ਼ੁਰੂ ਕੀਤਾ, ਆਖਾ ਬੇਟਾ ਜੋ ਤੇਰੇ ਮਾਤਾ ਪਿਤਾ ਕਹਿੰਦੇ ਹੈ ਉਹ ਗੱਲ ਤੈਨੂੰ ਪ੍ਰਵਾਨ ਕਰ ਲੈਣੀ ਚਾਹੀਦੀ ਹੈ, ਤੇਰੀ ਉਮਰ ਬੜੀ ਛੋਟੀ ਹੈ। ਹਿੰਦੁਸਤਾਨ ਦੀ ਸਰਕਾਰ ਨੇ ਕਿਸੇ ਕੀਮਤ ਤੇ ਵੀ ਸਤਵੰਤ ਸਿੰਘ ਨੂੰ ਮਾਫ ਨਹੀਂ ਕਰਨਾ, ਉਹਨੂੰ ਫਾਂਸੀ ਤੇ ਲਟਕਾ ਦੇਣਾ, ਕਿਉਂਕਿ ਹੋਰ ਭਾਵੇਂ ਕਿਸੇ ਨੂੰ ਮਾਫੀ ਹੋ ਜਾਵੇ ਸਾਡੀਆਂ ਅਦਾਲਤਾਂ ਸਾਡੀ ਜੁਡੀਸ਼ਰੀ ਇਹਨੇ ਕਦੇ ਸਿੱਖ ਨੂੰ ਮਾਫ ਨਹੀਂ ਕੀਤਾ, ਇਹਨਾਂ ਕਦੇ ਵੀ ਸਤਵੰਤ ਸਿੰਘ ਨੂੰ ਮਾਫੀ ਨਹੀਂ ਦੇਣੀ। ਇਸ ਕਰਕੇ ਜੋ ਤੇਰੇ ਮਾਤਾ ਪਿਤਾ ਗੱਲ ਕਹਿੰਦੇ ਆ ਬੇਟਾ ਉਹ ਗੱਲ ਤੈਨੂੰ ਪ੍ਰਵਾਨ ਕਰ ਲੈਣੀ ਚਾਹੀਦੀ। ਜਦੋਂ ਇਸ ਬੀਬੀ ਨੂੰ ਇਹ ਗੱਲ ਆਖੀ ਗਈ ਇਹਨੇ ਗੱਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਆਖਿਆ ਸਿੰਘ ਸਾਹਿਬ ਜੀ ਵੈਸੇ ਤਾਂ ਤੁਹਾਡੇ ਸਾਹਮਣੇ ਮੇਰੀ ਕੁਝ ਕਹਿਣ ਦੀ ਸਮਰੱਥਾ ਨਹੀਂ ਹੈ ਪਰ ਨਮਾਣੀ ਨਤਾਣੀ ਹੋ ਕੇ ਦਾਸੀ ਇੱਕ ਬੇਨਤੀ ਕਰਦੀ ਹੈ, ਇਹਨਾਂ ਸ਼ਬਦਾਂ ਨੂੰ ਜਰਾ ਗੌਰ ਨਾਲ ਵਿਚਾਰ ਜ਼ਰੂਰ ਲੈ ਲੈ। ਤੁਸੀਂ ਮੈਨੂੰ ਕਿਹਾ ਕਿ ਤੂੰ ਕਿਵੇਂ ਉਮਰ ਲੰਬਾਵੇਂਗੀ, ਸਤਵੰਤ ਸਿੰਘ ਨੂੰ ਜ਼ਾਲਮਾਂ ਨੇ ਸ਼ਹੀਦ ਕਰ ਦੇਣਾ, ਪਰ ਸਿੰਘ ਸਾਹਿਬ ਜੀ ਮੈਂ ਬੇਨਤੀ ਕਰਦੀ ਹਾਂ ਸ਼ਹੀਦਾਂ ਨਾਲ ਰਿਸ਼ਤੇ ਕਿਤੇ ਭਾਗਾਂ ਤੋਂ ਬਿਨਾਂ ਜੁੜ ਜਾਂਦੇ, ਬੇਸ਼ੱਕ ਮੇਰਾ ਪਤੀ ਸ਼ਹੀਦ ਵੀ ਹੋ ਜਾਵੇ ਲੋਕ ਮੈਨੂੰ ਕਹਿਣਗੇ ਉਹ ਜਾਂਦੀ ਹੈ ਉਸ ਮਰਦੇ ਮਜਾਹ ਦੀ ਪਤਨੀ ਜਿਸ ਸੂਰਮੇ ਨੇ ਕੌਮ ਦੀ ਟੱਟੀ ਹੋਈ ਪੱਗ ਮੁੜ ਕੇ ਸਿਰ ਤੇ ਰੱਖੀ ਹੈ। ਦੂਜੀ ਗੱਲ ਮੈਂ ਤੁਹਾਨੂੰ ਇੱਕ ਇਤਿਹਾਸ ਮਿਸਾਲ ਦੇਣਾ ਚਾਹੁੰਦੀ, ਸਰਸਾ ਦੀ ਜੰਗ ਵਿੱਚੋਂ ਫੱਟੜ ਸੂਰਮਾ ਭਾਈ ਬਚਿੱਤਰ ਸਿੰਘ ਉਹਨੂੰ ਪਨਾਹ ਦਿੰਦਾ ਇੱਕ ਮੁਸਲਮਾਨ ਨਿਹੰਗ ਖਾਨ ਆਪਣੇ ਘਰ ਲੈ ਆਇਆ, ਉਹਦੀ ਬੱਚੀ ਜਿਹਦਾ ਨਾਂ ਹੈ ਮਮਤਾਜ, ਉਹ ਬਚਿੱਤਰ ਸਿੰਘ ਦੀ ਮਰਮ ਪੱਟੀ ਕਰ ਰਹੀ ਸੀ। ਇਹਨੇ ਚਿਰਾਂ ਨੂੰ ਕਿਸੇ ਨੇ ਸ਼ਿਕਾਇਤ ਕੀਤੀ ਸਰਕਾਰੀ ਹਾਕਮਾਂ ਦੇ ਕੋਲ, ਤੁਹਾਡਾ ਮੁਸਲਮਾਨ ਬੰਦਾ ਉਹ ਗੁਰੂ ਗੋਬਿੰਦ ਸਿੰਘ ਤੇ ਉਹਦੇ ਸਿੰਘਾਂ ਨੂੰ ਪਨਾਹ ਦੇ ਰਿਹਾ। ਉਸੇ ਵਕਤ ਚੜੇ ਹਨ ਇਹਦੇ ਫੌਜੀ ਸਰਕਾਰ ਦੇ ਵਜ਼ੀਰ ਖਾਨ ਦੇ, ਉਹਨਾਂ ਨੇ ਆ ਕੇ ਜਦੋਂ ਨਿਹੰਗ ਖਾਨ ਦੇ ਘਰ ਨੂੰ ਘੇਰਾ ਪਾਇਆ ਉਸ ਕਮਰੇ ਵੱਲ ਵਧਣ ਲੱਗੇ ਜਿਹਦੇ ਵਿੱਚ ਫੱਟੜ ਸੂਰਮਾ ਬਚਿੱਤਰ ਸਿੰਘ ਘਾਇਲ ਪਿਆ ਸੀ, ਜਦੋਂ ਉਸ ਕਮਰੇ ਵੱਲ ਆਉਣ ਲੱਗੇ ਤੇ ਕਰਮਚਾਰੀਆਂ ਨੇ ਕੜਕ ਕੇ ਕਿਹਾ ਨਿਹੰਗ ਖਾਨ ਇਸ ਕਮਰੇ ਵਿੱਚ ਕੌਣ ਹੈ? ਸਿੰਘ ਦੀ ਜਾਨ ਬਚਾਉਣ ਦੀ ਖਾਤਰ ਉਸ ਨਿਹੰਗ ਖਾਨ ਨੇ ਝੂਠ ਬੋਲਿਆ, ਆਖਿਆ ਅੰਦਰ ਅੰਦਰ ਮੇਰਾ ਧੀ ਜਵਾਈ ਪਏ ਹਨ। ਜਦੋਂ ਇਹ ਸ਼ਬਦ ਸੁਣੇ ਉਹ ਸਰਕਾਰੀ ਕਰਮਚਾਰੀ ਤਾਂ ਵਾਪਸ ਮੁੜ ਗਏ ਪਰ ਫੱਟੜ ਜ਼ਖਮੀ ਸੂਰਮਾ ਭਾਈ ਬਚਿੱਤਰ ਸਿੰਘ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਅਗਲੇ ਦਿਨ ਸ਼ਹੀਦ ਹੋ ਗਿਆ। ਪਰ ਜਦੋਂ ਇਸ ਬੀਬੀ ਦੇ ਵਿਆਹ ਦੀ ਗੱਲ ਆਈ ਨਿਹੰਗ ਖਾਨ ਨੇ ਆਖਿਆ ਬੇਟਾ ਤੇਰਾ ਕਿਤੇ ਨਿਕਾਹ ਕਰ ਦਿੱਤਾ ਜਾਵੇ, ਤੇ ਇਸ ਮੁਸਲਮਾਨ ਬੱਚੀ ਨੇ ਆਖਿਆ ਸੀ ਅੱਬਾ ਜਾਨ ਕਦੇ ਤੁਸਾਂ ਇਹ ਸ਼ਬਦ ਕਹੇ ਸਨ ਕਿ ਅੰਦਰ ਮੇਰਾ ਧੀ ਜਵਾਈ ਪਏ ਹਨ, ਮੈਂ ਉਸ ਗੁਰੂ ਕੇ ਸਿੰਘ ਨੂੰ ਆਪਣਾ ਪਤੀ ਸਵੀਕਾਰ ਕਰ ਚੁੱਕੀ ਹਾਂ, ਮੈਂ ਹੋਰ ਕਿਸੇ ਨਾਲ ਸ਼ਾਦੀ ਨਹੀਂ ਕਰਾਵਾਂ। ਇਤਿਹਾਸ ਹੈ ਉਹ ਕੁਵਾਰੀ ਰਹੀ ਬੱਚੀ ਮੁਮਤਾਜ ਪਰ ਉਹਨੇ ਦੁਬਾਰਾ ਸ਼ਾਦੀ ਨਹੀਂ ਸੀ ਕਰਵਾਈ, ਮੈਂ ਤਾਂ ਸਿੱਖ ਬੱਚੀ ਹਾਂ ਮੇਰੇ ਕੋਲੋਂ ਹੱਕ ਇਹ ਨਾ ਖੋਇਆ ਜਾਵੇ, ਕਿਰਪਾ ਕਰਕੇ ਮੈਨੂੰ ਆਗਿਆ ਦਿੱਤੀ ਜਾਵੇ ਸੂਰਮੇ ਸਤਵੰਤ ਸਿੰਘ ਦੀ ਤਸਵੀਰ ਤੇ ਉਹਦੀ ਕਿਰਪਾਨ ਨਾਲ ਮੈਂ ਸ਼ਾਦੀ ਕਰ ਸਕਾਂ। ਜਿਹੜੀ ਬੇਨਤੀ ਧਰਮਨ ਦੇਵੀ ਬੀਬੀ ਸੁਰਿੰਦਰ ਕੌਰ ਸਿੰਘ ਸਾਹਿਬਾਨਾਂ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਦੇ ਕੋਲ ਕਰ ਰਹੀ ਹੈ ਉਹਨਾਂ ਸ਼ਬਦਾਂ ਨੂੰ ਦੁਤਾਰੇ ਛੰਦ ਰਾਹੀਂ ਜੋਗਾ ਸਿੰਘ ਜੋਗੀ ਦਾ ਜੱਥਾ ਉਹ ਬਿਆਨ ਕਰਦਾ। ਦਾਸੀ ਨਿਮਾਣੀ ਦੀ ਮੇਰੀ ਇੱਕੋ ਇੱਕ ਰਜੋਈ ਹੈ ਤਖਤ ਅਕਾਲ ਅੱਗੇ ਉਂਝ ਤਾਂ ਮੇਰਾ ਉਜਰਨ ਕੋਈ ਓ ਸ਼ਹੀਦ ਦੀ ਪਤਨੀ ਦਾ ਨਹੀਂ ਤੋਂ ਰੁਤਬਾ ਕੋਈ ਨਾ ਖੋਵੇ ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ ਕੌਮ ਦੀ ਪੱਗ
ਰੱਖੀ ਉਸ ਦੀ ਦਾਸੀ ਮੈਂ ਖਵਾਵਾਂ ਛੱਡ ਲਾਲ ਕੀਮਤੀ ਨੂੰ ਕਿਉਂ ਮੈਂ ਕੌਡਾਂ ਵਿੱਚ ਰਲ ਜਾਵਾਂ ਹੋ ਪਤੀ ਵਰਤਾਇਓ ਰਤਨੂ ਜਗ ਦਾ ਕੋਈ ਸੁਖ ਨਾ ਹੋਵੇ ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ ਘਰ ਘਰ ਵਿੱਚ ਜੰਮਦੇ ਨਾ ਘਰ ਘਰ ਵਿੱਚ ਜੰਮਦੇ ਨਾ ਐਸੇ ਅਣਖੀ ਮਰਦ ਫਰਿਸ਼ਤੇ ਕਿਤੇ ਵੱਡਿਆਂ ਪਾਗਾਂ ਨਾਲ ਜੁੜਦੇ ਨਾਲ ਸ਼ਹੀਦਾਂ ਰਿਸ਼ਤੇ ਰੱਬ ਦਾ ਵਰਦਾਨ ਇਹੋ ਹੰਸ ਦੇ ਨਾਲ ਹੰਸਣੀ ਸੋਵੇ ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ ਦੁੱਖ ਸੁੱਖ ਵਿਛੋੜਾ ਜੋ ਇਹ ਸਭ ਪਾਰ ਬਰਮ ਦੀਆਂ ਦਾਤਾਂ ਕੱਟ ਜਾਵਣ ਪਾਣੇ ਚ ਚਾਹੇ ਕਿੰਨੀਆਂ ਲੰਮੀਆਂ ਰਾਤਾਂ ਹੋ ਬਿਰਹੋਂ ਦੀਆਂ ਚੋਟਾਂ ਸੈ ਧਰਮਣ ਕਦੇ ਨਾ ਤਨ ਨੂੰ ਕੋਵੇ ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ ਕਰਕੇ ਨਿਹੰਗ ਖਾਨ ਦੀ ਪੁੱਤਰੀ ਸਾਰੀ ਉਮਰ ਕੁਆਰੀ ਰਾ ਧਰਮਣ ਸਿਦਕ ਚ ਪੂਰੀ ਉਤਰੀ ਹੋ ਬਸ ਪਿਤਾ ਦੇ ਕਹਿਣੇ ਉੱਤੇ ਬਸ ਪਿਤਾ ਦੇ ਕਹਿਣੇ ਉੱਤੇ ਤਨ ਮਮਤਾਜ ਸਿਖਰ ਨੂੰ ਛੋਵੇ ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ ਹੈ ਛੋਟਾ ਵੀਰ ਮੇਰਾ ਹੈ ਛੋਟਾ ਵੀਰ ਮੇਰਾ ਸਰਵਣ ਸਤਵੰਤ ਦਾ ਭਾਈ ਰਲ ਕੇ ਅਰਦਾਸ ਕਰੋ ਆਪੇ ਸਤਿਗੁਰੂ ਹੋਣ ਸਹਾਈ ਓ ਮੈਂ ਧਰਮਨ ਬਾਜਾਵਾਂ ਧਰਮਨ ਬਾਜਾਵਾਂ ਸਿਦਕ ਨੂੰ ਕੋਈ ਆਜ ਨਾ ਪੋਵੇ ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ ਸਿੰਘ ਦੀ ਤਸਵੀਰ ਨਾਲ ਸ਼ਾਦੀ ਸਿੰਘ ਦੁੱਲੇ ਅਣਖੀ ਦੀ ਪਤਨੀ ਹੋਣ ਦੀ ਮਿਲੇ ਉਪਾਧੀ ਗੁਰਮੁਖ ਗੁਰਮਾਰਗ ਤੇ ਪਿੱਛੇ ਪੈਰ ਨਗਦੇ ਖਲੋਵੇ ਉਹ ਪਿੱਛੇ ਪੈਰ ਨਗਦੇ ਖਲੋਵੇ ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਲੀ ਹੋਵੇ ਗਿਆਨ ਸਿੰਘ ਜੀ ਮੈਂ ਅਰਦਾਸ ਕਰਾਉਂਦੇ ਆ ਬਾਬਾ ਪਾਲਾ ਸਿੰਘ ਜੀ ਗੋਗਾ ਵਾਲੇ ਜੋ ਪਿਛਲੇ ਦਿਨੀ ਚੜ੍ਹਾਈ ਕਰ ਗਏ ਬਹੁਤ ਭਾਰੀ ਸੇਵਾ ਤੇ ਬਹੁਤ ਵੱਡਾ ਇਕੱਠ ਉਹਨਾਂ ਦੇ ਜਾਣ ਤੇ ਕਈ ਦਿਨ ਲਗਾਤਾਰ ਹੀ ਦੁਆਰ ਸ੍ਰੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਅੱਜ ਕੱਲ੍ਹ ਵੀ ਨਗਰਾਂ ਨਗਰਾਂ ਵਿੱਚ ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ ਹੁਕਮ ਹੋਇਆ ਕਿ ਉਹਨਾਂ ਦੀ ਕਵਿਤਾ ਵੀ ਆਖੀ ਜਾਵੇ ਸਮਾਂ ਬਚਿਆ ਤੇ ਬਾਅਦ ਵਿੱਚ ਮੈਂ ਜ਼ਰੂਰ ਕਹਿਣ ਦਾ ਯਤਨ ਕਰਾਂਗਾ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਗੁਰੂ ਘਰ ਦੇ ਕੀਰਤਨੀਏ ਬੜੇ ਚੜ੍ਹਦੀ ਕਲਾ ਨਾਲ ਇਸੇ ਨਗਰ ਦੇ ਸੇਵਾ ਕਰਨ ਵਾਲੇ ਕੈਸਟ ਵੀ ਉਹਨਾਂ ਦੀ ਤੁਸੀਂ ਤੱਕ ਰਹੇ ਹੋ ਸੋ ਪੋਸਟ ਲੱਗੇ ਸੱਚੇ ਪਾਤਸ਼ਾਹ ਕਿਰਪਾ ਕਰਨ ਸਰਦਾਰ ਸੂਰਤਾ ਸਿੰਘ ਜੀ ਉਹਨਾਂ ਵੱਲੋਂ ਮੈਂ ਹਾਜ਼ਰ ਇੱਕ ਵੀਰ ਜੀ ਨਾਮ ਬਾਣੀ ਦੀ ਦਾਤ ਮੰਗਦੇ ਹੈ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਮਾਇਆ ਆਈ ਸਤਿਗੁਰੂ ਰਹਿਮਤ ਕਰਨ ਸਰਦਾਰ ਜਸਵਿੰਦਰ ਸਿੰਘ ਜੀ ਨਗਰ ਖੁੱਡੀ ਕੇ ਚੀਮਿਆਂ ਤੋਂ ਰਣਜੀਤ ਸਿੰਘ ਦੇ ਪਿੰਡੋਂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰਨ ਆ ਰਣਜੀਤ ਸਿੰਘ ਦਾ ਸਾਰਾ ਹੀ ਪਰਿਵਾਰ ਇਹਨਾਂ ਵੱਲੋਂ ਸਤਿਕਾਰ ਕੀਤਾ ਗਿਆ ਸਤਿਗੁਰੂ ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਗੁਰਸਿੱਖੀ ਦਾ ਦਾਨ ਮੇਰਾ ਪਾਤਸ਼ਾਹ ਬਖਸ਼ ਇੱਕ ਬੱਚਾ ਸਾਡੇ ਕੋਲ ਅਸਲ ਵਿੱਚ ਮਾਪੇ ਉਹਦੇ ਗਵਾਚੇ ਹੈ ਬੱਚਾ ਨਹੀਂ ਗਵਾਚਾ ਉਹ ਆ ਕੇ ਉਹਨਾਂ ਦੇ ਵਾਰਸ ਲੈਣ ਦਾ ਯਤਨ ਕਰ ਦੋਤੀ ਦੇ ਘਰ ਪੁੱਤਰ ਦੀ ਦਾਤ ਭੈਣ ਜੀ ਮੰਗਦੇ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਦੀਆਂ ਮਨੋਕਾਮਨਾਵਾਂ ਗੁਰੂ ਬਾਬਾ ਜੀ ਪੂਰੀਆਂ ਕਰਨ ਜਦੋਂ ਇਹ ਬੇਨਤੀ ਕੀਤੀ ਜਿੰਨੀ ਉੱਥੇ ਸੰਗਤ ਸੀ ਸਾਰੀ ਭਾਵਕ ਹੋ ਗਈ ਸਿੰਘ ਸਾਹਿਬ ਨੇ ਫੈਸਲਾ ਦਿੱਤਾ ਆਖਾ ਬੇਟਾ ਜੇ ਤੇਰਾ ਸਿਦਕ ਇੰਨਾ ਪੱਕਾ ਹੈ ਆਪੇ ਗੁਰੂ ਰਾਮਦਾਸ ਤੇਰੀ ਲਾਜਪਤ ਰੱਖਣਗੇ ਤੈਨੂੰ ਆਗਿਆ ਤੂੰ ਸਤਵੰਤ ਸਿੰਘ ਦੀ ਤਸਵੀਰ ਦੇ ਨਾਲ ਉਹਦੀ ਕਿਰਪਾਨ ਦੇ ਨਾਲ ਸ਼ਾਦੀ ਕਰ ਸਕਦੀ
ਇਹ ਫੈਸਲਾ ਲੈ ਕੇ ਜਦੋਂ ਅਗਵਾਨ ਡੇਰਾ ਬਾਬਾ ਨਾਨਕ ਦੇ ਕੋਲ ਬਾਪੂ ਤਰਲੋਕ ਸਿੰਘ ਹੋਰੀ ਪਹੁੰਚੇ, ਇਲਾਕੇ ਦੇ ਕੁਝ ਨੌਜਵਾਨ ਇਕੱਠੇ ਹੋ ਕੇ ਆਏ, ਉਹਨਾਂ ਨੇ ਆਖਿਆ ਬਾਪੂ ਇਹ ਦੁਨੀਆਂ ਨਾਲੋਂ ਅਨੋਖਾ ਵਿਆਹ ਹੈ ਤੇ ਉਹਦੀ ਸ਼ਾਨ, ਇਹਦਾ ਜਲੌ, ਇਹਦਾ ਟੌਰ, ਉਹ ਵੀ ਅਸੀਂ ਦੁਨੀਆਂ ਨਾਲੋਂ ਅਨੋਖਾ ਬਣਾਉਣਾ ਚਾਹੁੰਦੇ। ਥਾਂ ਥਾਂ ਤੇ ਸਵਾਗਤੀ ਗੇਟ ਲਾਏ ਜਾਣਗੇ, ਫੁੱਲਾਂ ਦੀ ਵਰਖਾ ਕੀਤੀ ਜਾਵੇਗੀ, ਨੌਜਵਾਨ ਮੋਟਰਸਾਈਕਲਾਂ ਤੇ ਚੜ੍ਹ ਕੇ ਕੇਸਰੀ ਝੰਡੇ ਫੜ ਕੇ ਜਾਣਗੇ, ਜਲੂਸ ਦੀ ਸ਼ਕਲ ਅੰਦਰ ਨਿਹੰਗ ਸਿੰਘ ਕਰਕੇ ਖੇਡਣਗੇ। ਇਹ ਢੰਗ ਦੇ ਨਾਲ ਇਹ ਬਰਾਤ ਚੱਲ ਕੇ ਜਾਵੇਗੀ ਜੱਟੇ ਪਿੰਡ ਨੂੰ। ਬਾਪੂ ਤਰਲੋਕ ਸਿੰਘ ਨੇ ਆਖਿਆ ਭਲੇ ਮਾਨਸੋ, ਵੈਸੇ ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਹਾਂ, ਤੁਸੀਂ ਪਿਆਰ ਕਰਦੇ ਹੋ, ਪਰ ਬੇਟਾ ਉਸ ਪਰਿਵਾਰ ਵੱਲ ਜ਼ਰੂਰ ਵੇਖਿਓ, ਉਸ ਬੱਚੀ ਦੇ ਭਰਾਵਾਂ ਵੱਲ, ਭੈਣਾਂ ਵੱਲ ਜ਼ਰੂਰ ਤੱਕਿਓ ਜਿਨ੍ਹਾਂ ਨੇ ਇਸ ਹਾਲਤ ਵਿੱਚ ਆਪਣੀ ਭੈਣ ਨੂੰ ਸਾਡੇ ਨਾਲ ਤੋਰਨਾ ਹੈ, ਖਾਸ ਕਰਕੇ ਉਸ ਲੜਕੇ ਲੜਕੀ ਦਾ ਬਾਪ ਤੇ ਉਸਦੀ ਮਾਂ ਜਿਹਨੇ ਆਪਣੀਆਂ ਆਂਦਰਾਂ ਨੂੰ ਮੇਰੇ ਪੁੱਤਰ ਦੇ ਨਾਲ ਨਹੀਂ ਉਹਦੀ ਤਸਵੀਰ ਦੇ ਨਾਲ ਤੋਰਨਾ ਹੈ। ਇਸ ਕਰਕੇ ਕੋਈ ਸ਼ਾਨੋ ਸ਼ੌਕਤ ਨਹੀਂ, ਬੀਬੀ ਵਜੇਦ ਹੈ, ਪਰਿਵਾਰ ਦੇ ਚੰਦ ਜੀ ਜਾਣਗੇ, ਵਿਆਹ ਕੇ ਉਹਨੂੰ ਲੈ ਆਉਣਗੇ, ਇਹਨੂੰ ਵੱਧ ਕੁਝ ਨਹੀਂ। ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਉਹਨਾਂ ਨੌਜਵਾਨਾਂ ਕੋਲ। ਆਖਿਰਕਾਰ ਦਿਨ ਮੱਥਿਆ ਗਿਆ, 2 ਮਈ ਸੰਨ 1988 20 ਵਿਸਾਖ ਦਾ ਦਿਹਾੜਾ ਕਿ ਇਸ ਦਿਨ ਇਹ ਬਰਾਤ ਚੜ੍ਹ ਕੇ ਜਾਵੇ। ਬਾਕੀ ਇਤਿਹਾਸ ਜਿਹੜੇ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਉਹ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਜੀ, ਗਿਆਨੀ ਰਤਨ ਸਿੰਘ ਜੀ ਭੰਗੂ, ਸੂਰ ਪ੍ਰਕਾਸ਼ ਜਾਂ ਗੁਰਬਲਾਸ ਮਹਿਮਾ ਪ੍ਰਕਾਸ਼, ਪੁਰਾਣੇ ਗ੍ਰੰਥਾਂ ਦਾ ਹਵਾਲਾ ਦੇ ਕੇ ਅਸੀਂ ਪ੍ਰਸੰਗ ਤੁਹਾਨੂੰ ਕਹਿੰਦੇ ਹਾਂ। ਜੋ ਮੈਂ ਕਹਿ ਰਿਹਾ ਤੁਸੀਂ ਆਪਣੇ ਅੱਖਾਂ ਦੇ ਨਾਲ ਸਭ ਕੁਝ ਵੇਖਿਆ, ਇਹਨੂੰ ਕੋਈ ਦੁਨੀਆਂ ਦਾ ਬੰਦਾ ਝੁਠਲਾ ਨਹੀਂ ਸਕਦਾ, ਸੱਚਾਈ ਹੈ ਜੋ ਤੁਹਾਡੇ ਸਨਮੁਖ ਦਾਸ ਬੇਨਤੀ ਕਰ ਰਿਹਾ। ਸੋ ਬਰਾਤ ਤਿਆਰ ਹੋ ਕੇ ਪਰਿਵਾਰ ਦੇ ਚੰਦ ਜੀ ਤੁਰੇ ਹਨ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਕੇ, ਭਾਈ ਸਾਹਿਬ ਨੇ ਜੈਕਾਰਾ ਛੱਡ ਕੇ ਜੰਜ ਨੂੰ ਵਿਦਾ ਕੀਤਾ ਹੈ। ਪਰ ਮੈਂ ਕਹਿੰਦਾ ਇਹ ਗੱਲਾਂ ਕਹਿਣ ਨੂੰ ਬੜੀਆਂ ਸੌਖੀਆਂ, ਮੈਂ ਇੱਥੋਂ ਆ ਕੇ ਮਾਈਕ ਤੇ ਕਹਿਤੀਆਂ ਤੁਸਾਂ ਸੁਣ ਲਈਆਂ। ਜਿਹਦੇ ਤੇ ਬੀਤਦੀ ਹੈ ਪਤਾ ਉਹਨੂੰ ਲੱਗਦਾ ਹੈ ਕਿਸ ਜਿਗਰੇ ਦੇ ਨਾਲ ਸਰਦਾਰ ਵਿਰਸਾ ਸਿੰਘ ਤੇ ਪਰਿਵਾਰ ਨੇ ਇਸ ਜੰਜ ਦੇ ਨਾਲ ਮਿਲਣੀ ਕੀਤੀ ਹੋਵੇਗੀ। ਥੋੜਾ ਬਹੁਤਾ ਕਿਸੇ ਨੇ ਜਲ ਪਾਣੀ ਛਕਿਆ, ਕਿਸੇ ਨੇ ਨਹੀਂ, ਆਖਿਰਕਾਰ ਉਹ ਸਮਾਂ ਆ ਗਿਆ ਜਿਹਨੂੰ ਆਪਾਂ ਕਹਿੰਦੇ ਹਾਂ ਆਨੰਦ ਕਾਰਜ। ਆਨੰਦ ਕਾਰਜ ਦੀ ਰਸਮ ਸ਼ੁਰੂ ਹੋਈ, ਭਾਈ ਸਾਹਿਬ ਨੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਜਦੋਂ ਇਹ ਸ਼ਬਦ ਕਹੇ, ਲੜਕੀ ਦਾ ਬਾਪ ਲੜਕੀ ਨੂੰ ਪੱਲਾ ਫੜਾਵੇ, ਪੱਲਾ ਕਿਹਦਾ ਫੜਾਵੇ, ਸਤਵੰਤ ਸਿੰਘ ਤਾਂ ਦਿੱਲੀ ਜੇਲ੍ਹ ਵਿੱਚ ਹੈ, ਸੂਰਮੇ ਦਾ ਪਰਨਾ, ਉਹਦੀ ਤਸਵੀਰ, ਉਹਦੀ ਕਿਰਪਾਨ, ਇਸ ਬੱਚੀ ਨੂੰ ਫੜਾਈ ਗਈ। ਭਾਈ ਸਾਹਿਬ ਨੇ 4 ਲਾਵਾਂ ਦਾ ਪਾਠ ਕੀਤਾ, ਇਸ ਧਰਮਨ ਦੇਵੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੁਆਲੇ 4 ਪਰਿਕਰਮਾ ਕੀਤੀਆਂ, ਅਰਦਾਸ ਕੀਤੀ, ਹੁਕਮਨਾਮਾ ਹੋਇਆ, ਇਹ ਵੀ ਸ਼ਬਦ ਪੜ੍ਹੇ ਗਏ, ਵਿਆਹ ਹੋਇਆ ਮੇਰੇ ਬਾਬਲਾ। ਪਰ ਕਿਸੇ ਨੇ ਇਹ ਨਹੀਂ ਹਿਆ ਕੀਤਾ, ਸ਼ਬਦ ਪੜ੍ਹੇ ਜੋੜੀ ਜੀਵੇ ਜੁਗ 4 ਤਿਹਾਰ। ਸਮਾਂ ਉਹ ਆਇਆ ਜਦੋਂ ਇਸ ਲੜਕੀ ਨੂੰ ਵਿਦਾ ਕਰਨਾ ਸੀ, ਕੋਈ ਐਸੀ ਅੱਖ ਨਹੀਂ ਸੀ ਜਿਸ ਅੱਖ ਵਿੱਚ ਪਾਣੀ ਨਹੀਂ, ਜਿਵੇਂ ਸਾਰੀ ਸਿਟੀ ਗੁੰਮ ਸੁੰਮ ਹੋ ਗਈ ਹੋਵੇ। ਸੋ ਵਿਆਹ ਦਾ ਨਕਸ਼ਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨਾ ਹੈ, ਦੁਨੀਆ ਨਾਲੋਂ ਵੱਖਰੀ ਇਹ ਸ਼ਾਦੀ ਨਿਆ ਗਿਆ। ਦੁਨੀਆ ਵਾਲਿਓ ਪੜ ਲਵੋ ਚਾਹੇ ਹਿਸਟਰੀ ਸਭੇ, ਜੱਗ ਦੇ ਵਿੱਚ ਮਿਸਾਲ ਨਾ ਕੋਈ ਐਸੀ ਲੱਭੇ, ਜੱਗ ਦੇ ਵਿੱਚ ਮਿਸਾਲ ਨਾ ਕੋਈ ਐਸੀ ਲੱਭੇ। ਸੁਰਿੰਦਰ ਕੌਰ ਹੈ ਪਤੀ ਵਰਤਾ ਨਾਰੀ, ਦੁਨੀਆ ਨਾਲੋਂ ਵੱਖਰੀ ਏ ਸ਼ਾਦੀ ਨਿਆਰੀ, ਦੁਨੀਆ ਨਾਲੋਂ ਵੱਖਰੀ ਏ ਸ਼ਾਦੀ ਨਿਆਰੀ। ਵਿਰਸਾ ਸਿੰਘ ਕਿਸ ਜਿਗਰ ਨਾਲ ਹੋ ਮਿਲਣੀ ਕੀਤੀ, ਹੋ ਕੀ ਪ੍ਰੀਤਮ ਕੌਰ ਮਾਂ ਦੇ ਦਿਲ ਤੇ ਬੀਤੀ, ਹੋ ਕੀ ਪ੍ਰੀਤਮ ਕੌਰ ਮਾਂ ਦੇ ਦਿਲ ਤੇ ਬੀਤੀ। ਕਹਿਣਾ ਸੌਖਾ ਵੀਰ ਨੂੰ ਪਰ ਜਰਨਾ ਭਾਰੀ, ਦੁਨੀਆ ਨਾਲੋਂ ਵੱਖਰੀ ਏ ਸ਼ਾਦੀ ਨਿਆਰੀ, ਦੁਨੀਆ ਨਾਲੋਂ ਵੱਖਰੀ ਏ ਸ਼ਾਦੀ ਨਿਆਰੀ। ਫੋਟੋ ਦੇ ਕੇ ਪਿਤਾ ਸੀ ਹਾਂ, ਫੋਟੋ ਦੇ ਕੇ ਪਿਤਾ ਸੀ ਜਦ ਪੱਲਾ ਫੜਾਇਆ, ਕੌਣ ਸੀ ਆਸਾ ਜੀ ਦੇ ਨਾਂ ਨੈਣੀ ਜਲ ਆਇਆ,
ਕੌਣ ਸਿਆ ਸਾਜੀ ਦੇ ਨਾ ਨੈਣੀ ਜਲ ਆਇਆ ਗਮ ਸਮ ਹੋ ਗਈ ਜਾਪਦੀ ਸੀ ਸ੍ਰਿਸ਼ਟੀ ਸਾਰੀ ਦੁਨੀਆਂ ਨਾਲੋਂ ਵੱਖਰੀ ਏ ਸ਼ਾਦੀ ਨਿਆਰੀ ਦੁਨੀਆਂ ਨਾਲੋਂ ਵੱਖਰੀ ਏ ਸ਼ਾਦੀ ਨਿਆਰੀ ਕਿਰਪਾ ਨੇ ਅਤੇ ਤਸਵੀਰ ਨਾਲ ਜਦ ਹੋਏ ਫੇਰੇ ਅਰਸ਼ਾਂ ਵਿੱਚੋਂ ਦਿਉਤਿਆਂ ਨੇ ਹੰਝੂ ਕੇਰੇ ਅਰਸ਼ਾਂ ਵਿੱਚੋਂ ਦਿਉਤਿਆਂ ਨੇ ਹੰਝੂ ਕੇਰੇ ਅਨੋਖੀ ਕਾਰ ਸਭ ਜਾਂਦੇ ਬਲਹਾਰੀ ਦੁਨੀਆਂ ਨਾਲੋਂ ਵੱਖਰੀ ਏ ਸ਼ਾਦੀ ਨਿਆਰੀ ਦੁਨੀਆਂ ਨਾਲੋਂ ਵੱਖਰੀ ਏ ਸ਼ਾਦੀ ਨਿਆਰੀ ਮੇਰੇ ਬਾਬੁਲਾ ਗਿਆ ਸ਼ਬਦ ਸੀ ਗਾਇਆ ਕਰੀਅਰ ਦਾਸਾ ਮੁੱਖ ਵਾਕ ਸੀ ਗਿਆ ਸੁਣਾਇਆ ਕਰੀਅਰ ਦਾਸਾ ਮੁੱਖ ਵਾਕ ਸੀ ਗਿਆ ਸੁਣਾਇਆ ਨਾ ਜੋੜੀ ਜਿਉਂਦੀ ਰੇ ਜੁਗ ਚਾਰ ਤਿਹਾਰੀ ਦੁਨੀਆਂ ਨਾਲੋਂ ਵੱਖਰੀ ਏ ਸ਼ਾਦੀ ਨਿਆਰੀ ਦੁਨੀਆਂ ਨਾਲੋਂ ਵੱਖਰੀ ਏ ਸ਼ਾਦੀ ਨਿਆਰੀ ਤੋਰਨ ਲੱਗਿਆ ਮਾਤ ਨੇ ਜਦ ਗਲੇ ਲਗਾਇਆ ਮਨੋ ਕੰਧਾਂ ਹਿੱਲੀਆਂ ਹਰ ਦਿਲ ਕੁਰਲਾਇਆ ਮਨੋ ਕੰਧਾਂ ਹਿੱਲੀਆਂ ਹਰ ਦਿਲ ਕੁਰਲਾਇਆ ਤੋਰੀ ਭੈਣਾ ਵੀਰਿਆ ਤੋਰੀ ਭੈਣਾ ਵੀਰਿਆ ਜਦ ਭੈਣ ਪਿਆਰੀ ਦੁਨੀਆਂ ਨਾਲੋਂ ਵੱਖਰੀ ਏ ਸ਼ਾਦੀ ਨਿਆਰੀ ਦੁਨੀਆਂ ਨਾਲੋਂ ਵੱਖਰੀ ਏ ਸ਼ਾਦੀ ਨਿਆਰੀ ਵਿਦਿਆ ਕੀਤੀ ਬਾਪ ਨੇ ਜਦ ਬੱਚੀ ਭੋਲੀ ਪੱਥਰ ਦਿਲ ਵੀ ਪਿੱਗਲੇ ਜਦ ਤੁਰ ਪਈ ਡੋਲੀ ਪੱਥਰ ਦਿਲ ਵੀ ਪਿੱਗਲੇ ਜਦ ਤੁਰ ਪਈ ਡੋਲੀ ਆ ਗਏ ਪਿੰਡ ਅਗਵਾਨ ਵਿੱਚ ਕਰ ਸ਼ਗਨ ਵਿਹਾਰੀ ਦੁਨੀਆਂ ਨਾਲੋਂ ਵੱਖਰੀ ਏ ਸ਼ਾਦੀ ਨਿਆਰੀ ਦੁਨੀਆਂ ਨਾਲੋਂ ਵੱਖਰੀ ਏ ਸ਼ਾਦੀ ਨਿਆਰੀ ਨੌਂਦੇ ਸਿਰ ਤੋਂ ਮਾਰ ਕੇ ਮਾਂ ਪਿਤਾ ਪਾਣੀ ਗੁਰਮੁਖ ਕਦੇ ਨਹੀਂ ਭੁੱਲਣੀ ਇਹ ਅਮਰ ਕਹਾਣੀ ਗੁਰਮੁਖ ਕਦੇ ਨਹੀਂ ਭੁੱਲਣੀ ਇਹ ਅਮਰ ਕਹਾਣੀ ਮੈਂ ਵੰਡਦੀ ਸਦਾ ਰਹੂ ਏ ਕੇਸਰ ਕਿਆਰੀ ਦੁਨੀਆਂ ਨਾਲੋਂ ਵੱਖਰੀ ਏ ਸ਼ਾਦੀ ਨਿਆਰੀ ਦੁਨੀਆਂ ਨਾਲੋਂ ਵੱਖਰੀ ਏ ਸ਼ਾਦੀ ਨਿਆਰੀ ਸਾਡਾ ਕਾਕਾ ਰਣਜੀਤ ਸਿੰਘ ਜੀ ਚੀਮਿਆਂ ਵਾਲਾ ਇਹਦੇ ਭੈਣ ਜੀ ਭੈਣ ਪ੍ਰੀਤ ਨੂੰ ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਬਖਸ਼ਣ ਵੇਖੋ ਇਹ ਗੁਰੂ ਨਾਨਕ ਦਾ ਘਰ ਹੈ ਇੱਥੇ ਆਪਾਂ ਸਾਰੇ ਹੀ ਕੁਝ ਨਾ ਕੁਝ ਮੰਗਣ ਵਾਸਤੇ ਆਉਂਦੇ ਹਾਂ ਤੇ ਏਡਾ ਵੱਡਾ ਭੰਡਾਰੀ ਹੈ ਇਹ ਦਾਤਾਂ ਦੇਣ ਦਾ ਥੱਕਦਾ ਨਹੀਂ ਸੱਚੇ ਪਾਤਸ਼ਾਹ ਸਾਰਿਆਂ ਦੀਆਂ ਮਨੋਕਾਮਨਾਵਾਂ ਬਾਬਾ ਜੀ ਪੂਰੀਆਂ ਕਰਨ ਹੋਰ ਬੱਚੀ ਉਹ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਮਾਇਆ ਅਰਦਾਸ ਕਰਾ ਗਈ ਹੈ ਸਤਿਗੁਰੂ ਮਨੋਕਾਮਨਾ ਪੂਰੀ ਕਰਨ ਆ ਨਿਹੰਗ ਸਿੰਘ ਨਾਲ ਜਥਾ ਛੋਟੇ ਛੋਟੇ ਬੱਚੇ ਭਾਈ ਸਚਨਦੀਪ ਸਿੰਘ ਜੀ ਸੋਲ ਜਿਹਨਾਂ ਨੇ ਤੁਹਾਨੂੰ ਨਿਹਾਲ ਵੀ ਕਰਨਾ ਸਾਡੇ ਬਾਅਦ ਵਿੱਚ ਉਹਨਾਂ ਵੱਲੋਂ ਵੀ ਜਥੇ ਦੇ ਮਾਣ ਚ ਮਾਏ ਸਤਿਗੁਰੂ ਜਥੇ ਦੀ ਚੜ੍ਹਦੀ ਕਲਾ ਕਰੇ ਬਰਗਾੜੀ ਕਾਂਡ ਦੀ ਸਫਲਤਾ ਵਾਸਤੇ ਉਹਨਾਂ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ ਵੀਰ ਜੀ ਮਾਇਆ ਅਰਦਾਸ ਕਰਾ ਗਏ ਹੈ ਸਤਿਗੁਰੂ ਚੜ੍ਹਦੀ ਕਲਾ ਕਰੇ ਬਜ਼ੁਰਗ ਦੀ ਚਾਬੀ ਮੋਟਰਸਾਈਕਲ ਦੀ ਡਿੱਗੀ ਹੈ ਜੇ ਕਿਸੇ ਨੂੰ ਮਿਲੇ ਕਿਰਪਾ ਕਰਕੇ ਉਹ ਇੱਥੇ ਪਹੁੰਚਾਉਣ ਦੀ ਕਿਰਪਾਲਤਾ ਕਰੇ ਸਾਡੇ ਪੰਜਾਬ ਦਾ ਇੱਕ ਬਹੁਤ ਵੱਡਾ ਪੱਤਰਕਾਰ ਹੈ ਜਿਹਦੇ ਲੇਖ ਆਪਾਂ ਅਕਸਰ ਹੀ ਅਜੀਤ ਅਖਬਾਰ ਵਿੱਚ ਪੜ੍ਹਦੇ ਹਾਂ ਜਿਹਦਾ ਨਾਂ ਹੈ ਸਤਨਾਮ ਸਿੰਘ ਮਾਣਕ ਉਹਨੇ ਉਦੋਂ ਅਖਬਾਰ ਵਿੱਚ ਇੱਕ ਲੇਖ ਦਿੱਤਾ ਸੀ ਜਿਹਦਾ ਹੈਡਿੰਗ ਸੀ ਅਨੋਖਾ ਵਿਆਹ ਉਸ ਅਖਬਾਰ ਦੀ ਕਟਿੰਗ ਲੈ ਕੇ ਬਾਪੂ ਤਰਲੋਕ ਸਿੰਘ ਇਸ ਬੀਬੀ ਨੂੰ ਨਾਲ ਲੈ ਕੇ ਪਹੁੰਚਾ ਦਿੱਲੀ ਸਤਵੰਤ ਸਿੰਘ ਦੇ ਨਾਲ ਮੁਲਾਕਾਤ ਕਰਨ ਵਾਸਤੇ ਅੱਗੋਂ ਸਰਕਾਰੀ ਕਰਮਚਾਰੀਆਂ ਨੇ ਕਿਹਾ ਅਸੀਂ ਨਹੀਂ ਮੰਨਦੇ ਕੋਈ ਪ੍ਰੂਫ ਲਿਆਓ ਬੇਸ਼ੱਕ ਅਖਬਾਰ ਦੀ ਕਟਿੰਗ ਵਿਖਾਈ ਗਈ ਕਹਿਣ ਲੱਗਾ ਨਹੀਂ ਕਿਉਂ ਕਰੋ ਜ਼ਿਲ੍ਹੇ ਦਾ SSP ਲਿਖ ਕੇ ਦੇਵੇ ਕਿਸ ਬੱਚੀ ਦਾ ਵਿਆਹ ਹੋ ਚੁੱਕਾ ਹੈ ਫਿਰ ਆਗਿਆ ਦਿੱਤੀ ਜਾਵੇਗੀ ਕਿ ਸਤਵੰਤ ਸਿੰਘ ਦੇ ਨਾਲ ਇਹਦੀ ਮੁਲਾਕਾਤ ਹੋ ਸਕਦੀ ਹੈ ਬਾਪੂ ਤਰਲੋਕ ਸਿੰਘ ਦਿੱਲੀਓਂ ਗੁਰਦਾਸਪੁਰ ਆਇਆ
ਜ਼ਿਲ੍ਹੇ ਦੇ ਐਸਐਸਪੀ ਕੋਲੋਂ ਲਿਖਵਾ ਕੇ ਖੜਿਆ। ਪਰ ਅਫਸੋਸ, ਪੱਥਰ ਦੇ ਹਾਕਮਾਂ ਨੇ ਮੁੜ ਕੇ ਦੁਬਾਰਾ ਇਸ ਬੱਚੀ ਦੀ ਮੁਲਾਕਾਤ ਸਰਦਾਰ ਸਤਵੰਤ ਸਿੰਘ ਦੇ ਨਾਲ ਨਹੀਂ ਹੋਣ ਦਿੱਤੀ। ਮੁਕੱਦਮਾ ਚੱਲਦਾ ਰਿਹਾ। ਆਖਿਰਕਾਰ ਅਦਾਲਤ ਨੇ ਫੈਸਲਾ ਦਿੱਤਾ, 6 ਜਨਵਰੀ 1999 ਨੂੰ ਸਵੇਰੇ ਭਾਈ ਕੇਰ ਸਿੰਘ ਤੇ ਭਾਈ ਸਤਵੰਤ ਸਿੰਘ ਨੂੰ ਫਾਂਸੀ ਤੇ ਚਾੜ ਦਿੱਤਾ ਜਾਵੇ। ਆਖਰੀ ਮੁਲਾਕਾਤ ਵਾਸਤੇ ਬਾਪੂ ਤਰਲੋਕ ਸਿੰਘ ਦਿੱਲੀ ਪਹੁੰਚਾ। ਆਤੀ ਸਰਦੀ ਹੈ, ਬਾਰਿਸ਼ ਹੋ ਰਹੀ ਹੈ, ਠੱਕਾ ਵਗ ਰਿਹਾ। ਸਤਵੰਤ ਸਿੰਘ ਦੇ ਹੱਥ ਵਿੱਚ ਗੁਟਕਾ ਹੈ, ਉਹ ਬਾਣੀ ਪੜ ਰਿਹਾ। ਬਾਪੂ ਦੇ ਕਾਲਜੇ ਘੇਰਾਂ ਪੈਂਦੀਆਂ, ਮੈਂ ਦੂਰੋਂ ਚੱਲ ਕੇ ਆਇਆ ਹਾਂ, ਆਖਰੀ ਮੁਲਾਕਾਤ ਹੈ, ਇਹ ਮੇਰੇ ਨਾਲ ਕੋਈ ਦਿਲ ਦੀਆਂ ਗੱਲਾਂ ਕਰ ਲਵੇ। ਪਰ ਸੂਰਮਾ ਬਾਣੀ ਵਿੱਚ ਮਗਨ ਹੈ, ਨਹੀਂ ਰਿਹਾ ਗਿਆ। ਆਖਾ ਪੁੱਤਰਾ, ਇਹ ਆਖਰੀ ਮੇਲਾ ਹੈ, ਬਾਣੀ ਫਿਰ ਪੜ ਲਵੀ, ਪਹਿਲਾਂ ਮੇਰੇ ਨਾਲ 2-4 ਗੱਲਾਂ ਕਰ ਲੈ। ਪਰ ਕਹਿੰਦੇ ਆ ਜਿਹੜੀ ਬਾਣੀ ਪੜ ਰਿਹਾ ਸੀ ਉਹਨੂੰ ਮੁਕੰਮਲ ਕਰਕੇ, ਸੰਪੂਰਨਤਾ ਕਰਕੇ ਫਿਰ ਸਤਵੰਤ ਸਿੰਘ ਨੇ ਆਪਣੇ ਬਾਪੂ ਦੇ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਦੇ ਦੌਰਾਨ ਗੱਲਾਂ ਬਾਤਾਂ ਕਰਨ ਤੋਂ ਬਾਅਦ ਜਦੋਂ ਤੁਰ ਲੱਗਾ ਬਾਪੂ ਤਰਲੋਕ ਸਿੰਘ, ਤੇ ਬਾਪੂ ਨੇ ਆਖਿਆ, ਸਤਵੰਤ ਸਿੰਘਾ, ਤੇਰੀ ਕੋਈ ਆਖਰੀ ਖਾਹਿਸ਼ ਹੋਵੇ ਜੋ ਮੈਂ ਪੂਰੀ ਕਰ ਸਕਦਾ ਹੋਵਾਂ? ਸਤਵੰਤ ਸਿੰਘ ਨੇ ਆਖਿਆ, ਬਾਪੂ ਇੱਕ ਖਾਹਿਸ਼ ਹੈ, ਤੂੰ ਪੂਰੀ ਵੀ ਕਰ ਸਕਦਾ। ਬਾਪੂ ਨੇ ਆਖਿਆ, ਦੱਸ ਪੁੱਤਰਾ ਕੀ ਚਾਹੁੰਦਾ ਹੈ? ਸਰਦਾਰ ਸਤਵੰਤ ਸਿੰਘ ਨੇ ਆਖਿਆ, ਬਾਪੂ ਮੇਰੀ ਇੱਕੋ ਇੱਕ ਤਮੰਨਾ ਹੈ, ਜਦੋਂ ਤੂੰ ਬਾਹਰ ਜਾਵੇਂ ਨਾ ਗੇਟ ਦੇ ਕੋਲ, ਇੱਕ ਜ਼ੋਰ ਦੀ ਜਕਾਰਾ ਬੁਲਾ ਦੇਵੀਂ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਇਹੋ ਮੇਰੀ ਮੰਗ। ਬਾਪੂ ਕਹਿੰਦਾ, ਜਦੋਂ ਮੈਨੂੰ ਸ਼ਬਦ ਕਹੇ ਮੈਨੂੰ ਉਹ ਲੱਗਾ ਮੇਰੇ ਪੈਰਾਂ ਦੇ ਥੱਲੋਂ ਜ਼ਮੀਨ ਖਿਸਕੀ ਹੋਵੇ। ਮੈਂ ਆਖਿਆ, ਉਹ ਸਤਵੰਤ ਸਿੰਘਾ, ਸਵੇਰੇ ਜ਼ਾਲਮਾਂ ਨੇ ਸਦਾ ਵਾਸਤੇ ਤੈਨੂੰ ਮੇਰੇ ਕੋਲੋਂ ਖੋਹ ਲੈਣਾ ਹੈ, ਤੇ ਮੈਂ ਕਿਸ ਹੌਸਲੇ ਦੇ ਨਾਲ, ਕਿ ਜਿਗਰੇ ਦੇ ਨਾਲ ਜਕਾਰਾ ਬੁਲਾਵਾਂ? ਕਹਿੰਦਾ, ਜਦੋਂ ਮੈਂ ਸ਼ਬਦ ਕਹੇ ਨਾ, ਮੈਨੂੰ ਸਤਵੰਤ ਸਿੰਘ ਨੇ ਆਖਿਆ, ਬਾਪੂ ਕੀ ਤੈਨੂੰ ਚਮਕੌਰ ਦਾ ਮੈਦਾਨ ਭੁੱਲ ਗਿਆ, ਜਿੱਥੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਵੱਡੇ ਪੁੱਤਰਾਂ ਨੂੰ ਮੈਦਾਨੇ ਜੰਗ ਵੱਲ ਤੋਰਦੇ ਹੀ ਜਕਾਰੇ ਨਹੀਂ ਸਨ ਬੁਲਾਏ, ਸਗੋਂ ਜਦੋਂ ਉਹਨਾਂ ਦੇ ਪੁੱਤਰ ਬੇਰਾ ਬੇਰਾ ਹੋ ਕੇ, ਫੀਤਾ ਫੀਤਾ ਹੋ ਕੇ ਧਰਤੀ ਤੇ ਡਿੱਗਦੇ ਸਨ, ਉਦੋਂ ਬਾਜਾਂ ਵਾਲਾ ਮੇਰਾ ਪਾਤਸ਼ਾਹ ਜਕਾਰੇ ਬੁਲਾਉਂਦਾ ਸੀ, ਕੀ ਤੂੰ ਗੁਰੂ ਗੋਬਿੰਦ ਸਿੰਘ ਦਾ ਸਿੰਘ ਨਹੀਂ ਹੈ? ਕਹਿੰਦਾ, ਇਹਨਾਂ ਸ਼ਬਦਾਂ ਨਾਲ ਮੇਰੇ ਅੰਦਰ ਜਿਵੇਂ ਬਿਜਲੀ ਦਾ ਕਰੰਟ ਆ ਜਾਂਦਾ ਹੈ। ਜਦੋਂ ਮੈਂ ਬਾਹਰ ਗੇਟ ਦੇ ਕੋਲ ਗਿਆ, ਜ਼ੋਰ ਦੀ ਜਕਾਰਾ ਬੁਲਾਇਆ, ਨਾਲ ਦੇ ਭਰਾਵਾਂ ਨੇ ਸਾਥ ਦਿੱਤਾ, ਆ ਜਿਹੜੇ ਪੱਤਰਕਾਰ ਹੁੰਦੇ ਹੈ, ਕਹਿੰਦਾ ਉਹਨਾਂ ਨੇ ਮੇਰੇ ਦੁਆਲੇ ਆ ਕੇ ਝੁਰਮਟ ਪਾ ਲਿਆ, ਕਹਿਣ ਲੱਗਾ, ਬਾਪੂ ਸਗੋਂ ਕੋਈ ਖੁਸ਼ਖਬਰੀ ਹੈ, ਕੀ ਤੇਰੇ ਪੁੱਤਰ ਦੀ ਫਾਂਸੀ ਕਿਤੇ ਉਮਰ ਕੈਦ ਵਿੱਚ ਬਦਲ ਗਈ ਹੈ, ਆ ਜਕਾਰੇ ਬੁਲਾਈ ਜਾਂਦਾ? ਤੇ ਬਾਪੂ ਤਰਲੋਕ ਸਿੰਘ ਨੇ ਆਖਿਆ, ਨਹੀਂ ਉਹ ਭਲੇ ਮਾਨਸੋ, ਸਾਡੀ ਮਰਿਆਦਾ ਹੈ, ਸਾਡੀ ਪਰੰਪਰਾ, ਸਾਡੇ ਗੁਰੂ ਸਾਹਿਬ ਆਪਣੇ ਪੁੱਤਰਾਂ ਦੀ ਸ਼ਹਾਦਤ ਵੇਲੇ ਜਕਾਰੇ ਬੁਲਾਉਂਦੇ ਸਨ, ਸਵੇਰੇ ਮੇਰੇ ਪੁੱਤਰ ਨੇ ਸ਼ਹੀਦ ਹੋਣਾ, ਇਸ ਕਰਕੇ ਮੈਂ ਜਕਾਰੇ ਬੁਲਾ ਰਿਹਾ। ਸਾਨੂੰ ਦੱਸਿਆ ਸ਼੍ਰੀ ਦਸ਼ਮੇਸ਼ ਜੀ ਨੇ ਕਿ ਮੌਤ ਵਿੱਚੋਂ ਹੀ ਜ਼ਿੰਦਗੀ ਪਾਈ ਦੀ, ਜੇਕਰ ਲਾੜੀ ਆਜ਼ਾਦੀ ਦਾ ਚਾਹ ਹੋਵੇ, ਪਹਿਲਾਂ ਹੱਸ ਕੇ ਮੌਤ ਵਿਆਈ ਦੀ, ਜਿਹੜਾ ਸਿੱਖੀ ਸਕੂਲ ਵਿੱਚ ਹੋਇਆ ਦਾਖਲ, ਪਹਿਲਾਂ ਇਹੋ ਹੀ ਸਬਕ ਪੜ੍ਹਾਈ ਦਾ ਕਿ ਮੌਤ ਮਰਦਾਂ ਨੂੰ ਕਦੇ ਵੀ ਮਾਰਦੀ ਨਹੀਂ, ਝੋਲਾ ਇੱਕ ਲਾ ਕੇ ਦੂਜਾ ਪਾਈ ਦਾ। ਇਹ ਸਪਿਰਿਟ, ਇਹ ਲਾਈਟ ਗੁਰੂ ਸਾਹਿਬ ਸਾਨੂੰ ਦੇ ਕੇ ਗਏ, ਸਾਡੇ ਕੋਲ ਕਿੰਨੇ ਸ਼ਹੀਦ ਹਨ। ਬਾਬਾ ਜਗਰਾਜ ਸਿੰਘ ਦੀ ਗੱਲ ਆਉਂਦੀ ਹੈ, ਪੰਜਾਂ ਭੈਣਾਂ ਦਾ ਇੱਕੋ ਭਰਾ ਹੋਵੇ, ਉਹ ਵੀ ਧਰਮ ਤੋਂ ਆਪਾਂ ਵਾਰ ਜਾਵੇ, ਸਾਡਾ ਇਤਿਹਾਸ ਭਰਿਆ ਪਿਆ। ਇਹ ਚਾਨਣ, ਇਹ ਤਾਕਤ, ਇਹ ਪਾਵਰ, ਇਹ ਸ਼ਕਤੀ ਗੁਰੂ ਸਾਹਿਬ ਸਾਨੂੰ ਦੇ ਕੇ ਗਏ। ਅਗਲਾ ਦਿਨ ਚੜਿਆ, 6 ਜਨਵਰੀ ਦਾ, ਭਾਈ ਕੇਰ ਸਿੰਘ ਤੇ ਭਾਈ ਸਤਵੰਤ ਸਿੰਘ ਨੂੰ ਫਾਂਸੀ ਤੇ ਲਟਕਾ ਦਿੱਤਾ। ਸਾਰੇ ਸੰਸਾਰ ਅੰਦਰ ਹਾਹਾਕਾਰ ਮੱਚ ਗਈ, ਦੁਨੀਆਂ ਦੇ ਕੋਨੇ ਕੋਨੇ ਵਿੱਚ ਜਿੱਥੇ ਵੀ ਸਿੱਖ ਵੱਸਦਾ ਹੈ। ਹੁਣ ਸੂਰਮਾ ਸ਼ਹੀਦ ਹੋ ਗਿਆ ਤੇ ਬੱਚੀ ਵਾਸਤੇ ਇਮਤਿਹਾਨ ਦੀ ਘੜੀਆਂ ਆ ਗਈਆਂ, ਪਰਖ ਦੀ ਘੜੀ ਆਈ। ਇਹ ਬੱਚੀ ਇਹ ਵੀ ਕਹਿੰਦਾ ਪਰਿਵਾਰ ਦੇ ਜੀ, 5 ਤੇ 6 ਜਨਵਰੀ ਨੂੰ ਸਾਰੀ ਰਾਤ ਸੁੱਤੀ ਨਹੀਂ, ਅਰਦਾਸਾਂ ਕਰਦੀ ਰਹੀ ਮੇਰੇ ਪਤੀ ਦਾ ਧਰਮ ਨਿਭ ਜਾਵੇ ਤੇ ਕੱਲ ਨੂੰ ਸੱਚੇ ਪਾਤਸ਼ਾਹ ਮੈਨੂੰ ਵੀ ਬਰ ਬਖਸ਼ੀ,
मैं भी अपने पति वांग आखरी साह तक अपना धर्म कायम रख सका। ये मंग ये धर्म बच्ची मंगदी हुण इस बच्ची वास्ते जदों परख दा समा आया सिख दी ओट इको एक गुरबाणी ते है जां अरदास ते है। ਇਹ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੀ ਹੈ। ਬਾਜਾਂ ਵਾਲੇ ਪ੍ਰੀਤਮ ਮੈਂ ਤੇਰੇ ਭਰੋਸੇ ਤੇ ਬੜਾ ਕਰੜਾ ਕਦਮ ਉਠਾ ਲਿਆ, ਮੇਰੇ ਵਾਸਤੇ ਬੜਾ ਇਮਤਿਹਾਨ ਦਾ ਸਮਾਂ ਹੈ, ਜੋ ਮੈਂ ਕਿਹਾ ਮੇਰੀ ਲਜਪਤ ਅਕਾਲ ਪੁਰਖ ਤੇਰੇ ਹੱਥ ਵਿੱਚ ਹੈ, ਜੋ ਮੈਂ ਕਿਹਾ ਮੇਰੇ ਸਿਰ ਨਾਲ ਲਿਭ ਜਾਵੇ, ਮੇਰਾ ਪੈਰ ਕਿਤੇ ਕਿਸੇ ਵਿਖੜੇ ਮੋੜ ਤੇ ਆ ਕੇ ਵੀ ਥਿੜਕੇ ਨਾ। ਜਿਹੜੀ ਅਰਦਾਸ ਕਲਗੀਧਰ ਦੇ ਚਰਨਾਂ ਵਿੱਚ ਬੇਨਤੀ ਕਰਦੀ ਹੈ ਬੀਬੀ ਸੁਰਿੰਦਰ ਕੌਰ, ਮੇਰੇ ਸ਼ਾਨਦਾਰ ਸਿਰਲੇਖ ਹੈ, ਬਲ ਬਖਸ਼ੀ ਕਲਗੀ ਵਾਲਿਆ ਨਿਭ ਜਾਵੇ ਸਿਰ ਨਾਲ ਲਾਜ। ਮੈਂ ਦਾਸੀ ਹਾਂ ਉਸ ਮਰਦ ਦੀ ਜਿਨ ਕੌਮ ਦੀ ਰੱਖੀ ਪੱਗ ਹੈ, ਮੈਂ ਪਤਨੀ ਉਸ ਸ਼ਹੀਦ ਦੀ ਜੋ ਹੀਰਾ ਕੌਮੀ ਨੱਗ ਹੈ, ਮੈਂ ਪਤਨੀ ਉਸ ਸ਼ਹੀਦ ਦੀ ਯਾਦ ਚ ਜ਼ਿੰਦਗੀ ਕੱਟਣੀ ਮੇਰੇ ਲਈ ਫਖਰ ਤੇ ਨਾਜ ਹੈ। ਬਲ ਬਖਸ਼ੀ ਕਲਗੀ ਵਾਲਿਆ ਨਿਭ ਜਾਵੇ ਸਿਰ ਨਾਲ ਲਾਜ ਹੈ। ਬਲ ਬਖਸ਼ੀ ਬਾਜਾ ਵਾਲਿਆ ਧਨ ਜੋਬਨ ਤੇ ਸੋਖਾ ਜੱਗ ਦੇ ਚਾਹੇ ਫੁੱਲ ਮੁਹੱਬਤੀ ਖੇਲਦੇ ਪਰ ਰਿਸ਼ਤੇ ਸ਼ਹੀਦਾਂ ਨਾਲ ਨੇ, ਨਹੀਂ ਭਾਗਾਂ ਦੇ ਬਿਨਾ ਮਿਲਦੇ ਪਰ ਰਿਸ਼ਤੇ ਸ਼ਹੀਦਾਂ ਨਾਲ ਨੇ। ਸਿਦਕੋ ਨੂੰ ਖੋਰਾ ਲਾਏ ਨਾ ਜੱਗ ਦਾ ਕੋਈ ਰਸੋ ਰਵਾਜ ਹੈ। ਬਲ ਬਖਸ਼ੀ ਕਲਗੀ ਵਾਲਿਆ ਨਿਭ ਜਾਵੇ ਸਿਰ ਨਾਲ ਲਾਜ ਹੈ। ਬਲ ਬਖਸ਼ੀ ਬਾਜਾ ਵਾਲਿਆ ਮੈਂ ਮਨ ਦੀ ਵਿਧਵਾ ਵਾਸਤੇ ਕੰਡਿਆਂ ਦੀ ਸੇਜ ਹੈ ਜ਼ਿੰਦਗੀ, ਹਰ ਕਦਮ ਤੇ ਠੇਡੇ ਠੋਕਰਾ ਦੁੱਖ ਵਿੱਚ ਲਬਰੇ ਜਹਾ ਜ਼ਿੰਦਗੀ, ਹਰ ਕਦਮ ਤੇ ਠੇਡੇ ਠੋਕਰਾ ਤਾਰੀ ਮੇਰੀ ਦਾਦੀ ਆਇਓ ਪਰ ਤੇਰੀ ਮੇਰੀ ਮੇਰਾ ਬਣਨਾ ਸਦਕ ਜਹਾਜ ਹੈ। ਬਲ ਬਖਸ਼ੀ ਕਲਗੀ ਵਾਲਿਆ ਨਿਭ ਜਾਵੇ ਸਿਰ ਨਾਲ ਲਾਜ ਹੈ। ਬਲ ਬਖਸ਼ੀ ਬਾਜਾ ਵਾਲਿਆ ਬੋਤੀ ਬਰਤਾ ਧਰਮਾਂ ਨਿਭਾ ਗਈਆਂ ਪਤੀ ਵਰਤਾ ਧਰਮਾਂ ਨੇ ਬਾਗੀਆਂ ਉਹ ਕਿੰਨੀਆਂ ਨੇ ਪਤਵੰਤੀਆਂ, ਨਹੀਂ ਚਿੱਤ ਡੁਲਾਇਆ ਧਰਮਣਾ ਚਾਹੇ ਕੱਟ ਮਰੀਆਂ ਸਤਵੰਤੀਆਂ, ਨਹੀਂ ਚਿੱਤ ਡੁਲਾਇਆ ਧਰਮਣਾ ਬੈਠੀਆਂ ਗੋਦੀ ਗੁਰਾਂ ਦੀ ਜਿੰਨਾ ਸਮਝਿਆ ਜ਼ਿੰਦਗੀ ਰਾਜ ਹੈ। ਬਲ ਬਖਸ਼ੀ ਕਲਗੀ ਵਾਲਿਆ ਨਿਭ ਜਾਵੇ ਸਿਰ ਨਾਲ ਲਾਜ ਹੈ। ਬਲ ਬਖਸ਼ੀ ਬਾਜਾ ਵਾਲਿਆ ਸੀ ਘਾਇਲ ਵਿੱਚ ਤਰਾ ਸੂਰਮਾ
ਜਦ ਸਾਂਭਿਆ ਸੀ ਨਿਹੰਗ ਖਾਨ ਨੇ ਕਿਆ ਲੇਟੇ ਉੱਤੇ ਬਿਸਤਰੇ ਮੇਰੇ ਧੀ ਮੇਰੇ ਮਹਿਮਾਨ ਨੇ ਕਿਆ ਲੇਟੇ ਉੱਤੇ ਬਿਸਤਰੇ ਧਰਮਾਨ ਭਾਗ ਇੰਨੀ ਕਹਿਣ ਤੇ ਧਰਮਾਨ ਭਾਗ ਕਰੀ ਸ਼ਾਦੀ ਨਾ ਮਮਤਾਜ ਹੈ ਬਲ ਬਖਸ਼ੀ ਕਲਗੀ ਵਾਲਿਆ ਨਿਬਰਾਵੇ ਸਰ ਨਾਲ ਲਾਜ ਹੈ ਬਲ ਬਖਸ਼ੀ ਬਾਜਾ ਵਾਲਿਆ ਮੈਂ ਹੋਰ ਨਹੀਂ ਕੁਝ ਮੰਗਦੀ ਨਿਭ ਜਾਵੇ ਸੱਚੀ ਪ੍ਰੀਤ ਹੈ ਉਹ ਸਤਵੰਤੀ ਹੋਵਦੀ ਜਿਹਦਾ ਇੱਕੋ ਗੁਰਮੁਖਾ ਮੀਤ ਹੈ ਉਹ ਸਤਵੰਤੀ ਹੋਵਦੀ ਮਰਦਾਂ ਦੀ ਮਿੱਠੀ ਯਾਦ ਹੀ ਯਾਦ ਹੀ ਯਾਦ ਹੀ ਮਰਦਾਂ ਦੀ ਮਿੱਠੀ ਯਾਦ ਹੀ ਔਰਤ ਲਈ ਤਖਤੋ ਤਾਜ ਹੈ ਬਲ ਬਖਸ਼ੀ ਕਲਗੀ ਵਾਲਿਆ ਨਿਭਰਾਵੇ ਸਿਰ ਨਾਲ ਲਾਜ ਹੈ ਬਲ ਬਖਸ਼ੀ ਬਾਜਾ ਵਾਲਿਆ ਬੰਦੇ ਨੂੰ ਜੂਣ ਲਈ ਸਹਾਰਾ ਕੋਈ ਜ਼ਰੂਰ ਚਾਹੀਦਾ ਹੈ ਉਦਾਂ ਇਹ ਜ਼ਿੰਦਗੀ ਕੱਟੀ ਦੀ ਨਹੀਂ ਪਰਿਵਾਰ ਨੇ ਸੋਚ ਕੇ ਇੱਕ ਭਰਾ ਦਾ ਬੱਚਾ ਤੇ ਇੱਕ ਦੀ ਬੱਚੀ ਇਹਦੀ ਝੋਲੀ ਵਿੱਚ ਪਾ ਦਿੱਤੇ ਸ਼ਾਇਦ ਇਹਨਾਂ ਬੱਚਿਆਂ ਦੇ ਨਾਲ ਇਹਦਾ ਦਿਲ ਲੱਗਾ ਰਵੇ ਇਹਨੂੰ ਕੋਈ ਜ਼ਿਆਦਾ ਦੁੱਖ ਮਹਿਸੂਸ ਨਾ ਹੋ ਦੂਸਰਾ ਓਟ ਆਸਰਾ ਗੁਰਬਾਣੀ ਦਾ ਇਹ ਬੀਬੀ ਬਾਣੀ ਪੜ੍ਹਦੀ ਹੈ ਇਹਦੇ ਨਾਲ ਇਹਦੇ ਦਿਨ ਅੱਗੇ ਗੁਜ਼ਰਨ ਲੱਗੇ ਪਰ ਬੰਦਾ ਕਈ ਵਾਰ ਬੜਾ ਕੁਝ ਸੋਚਦਾ ਹੁੰਦਾ ਉਹ ਹੈ ਜੋ ਅਕਾਲ ਪੁਰਖ ਨੂੰ ਭਾਉਂਦਾ ਹੈ ਕਈ ਵਾਰ ਬੰਦਾ ਕਹਿੰਦਾ ਮੈਂ ਇੱਧਰ ਨੂੰ ਜਾਵਾਂ ਤੇ ਬਾਣੀ ਗੁਰੂ ਘਰ ਕਰਤੇ ਦੀ ਕੁਦਰਤ ਉਹਨੂੰ ਇੱਧਰ ਨੂੰ ਤੋਰ ਦਿੰਦਾ ਹੈ ਸਤਿਗੁਰੂ ਬਾਣੀ ਵਿੱਚ ਕਹਿੰਦੇ ਆ ਮਤਾ ਕਰੈ ਪਛਮ ਕੈ ਤਾਈ ਪੂਰਮ ਹੀ ਲੈ ਜਾਤ ਜਿਸ ਬੀਬੀ ਵਾਸਤੇ ਪ੍ਰਬੰਧ ਕੀਤਾ ਗਿਆ ਕਿ ਇਹਦੀ ਜ਼ਿੰਦਗੀ ਚੰਗੀ ਨਿਭ ਜਾਵੇ ਬੱਚਿਆਂ ਦੇ ਨਾਲ ਦਿਲ ਲੱਗਾ ਰਵੇ ਉਹਨੂੰ ਇੱਕ ਭਿਆਨਕ ਬਿਮਾਰੀ ਨੇ ਗ੍ਰਸ ਲਿਆ ਜਿਹਦਾ ਤੀਜੀ ਤੇ ਚੌਥੀ ਸਟੇਜ ਤੇ ਜਾ ਕੇ ਕੋਈ ਇਲਾਜ ਨਹੀਂ ਜਿਹਨੂੰ ਆਪਾਂ ਕਹਿੰਦੇ ਹਾਂ ਕੈਂਸਰ ਪਰਿਵਾਰ ਨੂੰ ਜਿੱਥੇ ਕਿਤੇ ਦੱਸ ਪਈ ਕੋਈ ਵੈਦ ਡਾਕਟਰ ਹਕੀਮ ਨਹੀਂ ਛੱਡਿਆ ਜਾ ਕੇ ਇਹਦਾ ਇਲਾਜ ਕਰਵਾਉਂਦੇ ਰਹੇ ਆਖਿਰਕਾਰ ਬਿਮਾਰੀ ਨੇ ਗੁਣ ਵਾਂਗ ਸਰੀਰ ਨੂੰ ਖਾ ਲਿਆ ਉਹ ਸਮਾਂ ਆ ਗਿਆ ਜਿਸ ਨੇ ਹਰੇਕ ਤੇ ਆਉਣਾ ਜਿਹਦੀ ਬਾਤ ਮੇਰੇ ਬਾਬੇ ਨੇ ਬਾਣੀ ਵਿੱਚ ਕਿਹਾ ਰਾਣਾ ਰਾਓ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰੇ ਅੰਤਮ ਸਾਹਾਂ ਤੇ ਹੈ ਬੀਬੀ ਪਰਿਵਾਰ ਸਾਰਾ ਇਕੱਠਾ ਕੀਤਾ ਦੇਵਰਾਂ ਜੇਠਾਂ ਦੇ ਨਾਲ ਨਣਾਨਾਂ ਦੇ ਨਾਲ ਬੇਨਤੀਆਂ ਕੀਤੀਆਂ ਮੇਰੇ ਭੈਣ ਭਰਾਓ ਗਲਤੀਆਂ ਕਰ ਗਈ ਹੋਵਾਂਗੀ ਮੇਰੀਆਂ ਗਲਤੀਆਂ ਨਜ਼ਰ ਅੰਦਾਜ਼ ਕਰ ਜਾਣੀਆਂ ਮੈਨੂੰ ਮਾਫ ਕਰ ਦੇਣਾ ਮੇਰਾ ਸਮਾਂ ਨੇੜੇ ਆ ਗਿਆ ਮਾਂ ਨੂੰ ਆਖਿਆ ਮਾਤਾ ਪਿਆਰ ਕਰਨ ਨੂੰ ਆਖਿਆ ਮਾਂ ਤੂੰ ਮੈਨੂੰ ਸੱਸ ਬਣ ਕੇ ਨਹੀਂ ਮਾਂ ਬਣ ਕੇ ਪਿਆਰ ਦਿੱਤਾ ਮਾਂ ਬਣ ਕੇ ਜੋ ਕੁਝ ਪਿਆਰ ਅਦਬ ਸਤਿਕਾਰ ਮੈਂ ਇਸ ਘਰ ਵਿੱਚੋਂ ਖੱਟਿਆ ਇਹ ਮੈਂ ਕਦੇ ਭੁੱਲ ਨਹੀਂ ਸਕਦੀ ਵਾਰੀ ਆਈ ਬਾਪੂ ਤਰਲੋਕ ਸਿੰਘ ਦੀ ਆਖਿਆ ਧਰਮੀ ਬਾਬਲਾ ਤੇਰੇ ਵਰਗੇ ਬਾਪ ਵੀ ਘਰ ਘਰ ਵਿੱਚ ਨਹੀਂ ਹਨ ਹੁਣ ਅੰਤਮ ਵਿਦਾਇਗੀ ਦੇ ਕੇ ਆਪਣੀ ਧੀ ਨੂੰ ਤੋਰ ਲੈ ਮੇਰੇ ਕੋਲ ਹੋਈਆਂ ਗੁਸਤਾਖੀਆਂ ਉਹਨੂੰ ਨਜ਼ਰ ਅੰਦਾਜ਼ ਕਰ ਦੇਈ ਇੱਕ ਮੇਰੀ ਮੰਗ ਹੈ ਇਹ ਤੇ ਕਾਲ ਪੁਰਖ ਜਾਣਦਾ ਹੈ ਉਹਦੀਆਂ ਖੇਡਾਂ ਉਹੀ ਹੈ ਉਹਨੇ ਕੀ ਕਰਨਾ ਪਰ ਜੇ ਕਿਤੇ ਦੁਬਾਰਾ ਉਹਨੇ ਮੈਨੂੰ ਮਾਨਸ ਜਨਮ ਵਿੱਚ ਭੇਜਣਾ ਹੋਵੇ ਮੇਰੇ ਦਿਲ ਦੀ ਤਮੰਨਾ ਮੈਂ ਦੁਬਾਰਾ ਤੁਹਾਡੀ ਨੂੰਹ ਬਣ ਕੇ ਤੁਹਾਡੇ ਪੁੱਤਰ ਦੀ ਪਤਨੀ ਬਣ ਕੇ ਇਸ ਸੰਸਾਰ ਤੇ ਆਵਾਂ ਜੋ ਅੰਤਮ ਗੱਲਾਂ ਇਸ ਬੱਚੀ ਨੇ ਪਰਿਵਾਰ ਦੇ ਨਾਲ ਕੀਤੀਆਂ ਨਾਲ ਦੇ ਨਾਲ ਫਿਲਮ ਦੀ ਤਰ੍ਹਾਂ ਉਹ ਸਾਰਾ ਸੀਨ ਅੱਖਾਂ ਅੱਗੋਂ ਗੁਜ਼ਰ ਰਿਹਾ ਕਿਵੇਂ ਮੈਂ ਫੋਟੋ ਦੇ ਨਾਲ ਸ਼ਾਦੀ ਕੀਤੀ ਕਿਵੇਂ ਇਸ ਘਰ ਵਿੱਚ ਆਈ ਜੋ ਕੁਝ ਤੱਕਿਆ ਸੀ ਉਹ ਸਾਰਾ ਸੀਨ ਵੀ ਅੱਖਾਂ ਵਿੱਚੋਂ ਦੀ ਗੁਜ਼ਰ ਰਿਹਾ ਤੇ ਪਰਿਵਾਰ ਦੇ ਨਾਲ ਜੋ ਅੰਤਮ ਗੱਲਾਂ ਕੀਤੀਆਂ ਮੇਰੇ ਸ਼ਾਨ ਦਾ ਸਿਰਲੇਖ ਹੈ ਕਰ ਵਿਦਿਆ ਧਰਮੀ ਬਾਬਲਾ ਧੀ ਚੱਲੀ ਆਪਣੇ ਦੇਸ਼
ਬਾਪੂ ਤੇਰੇ ਸ਼ਿੰਦੇ ਪੁੱਤ ਦੀ, ਬਾਪੂ ਤੇਰੇ ਸ਼ਿੰਦੇ ਪੁੱਤ ਦੀ ਯਾਦ ਹੀ ਤ੍ਰਿਲੋਕੀ ਰਾਜ ਹੈ, ਜੋ ਬਖਸ਼ ਮਾਂ ਤੂੰ ਪਿਆਰ ਹੈ, ਤੇਰੀ ਧੀ ਨੂੰ ਕਿੰਨਾ ਨਾਜ ਹੈ, ਤੇਰੀ ਧੀ ਨੂੰ ਕਿੰਨਾ ਨਾਜ ਹੈ। ਜੋ ਦਿੱਤਾ ਵੀਰੋ ਮੇਰਿਓ, ਜੋ ਦਿੱਤਾ ਵੀਰੋ ਮੇਰਿਓ, ਰਹੂ ਰੂਦ ਸੰਗ ਹਮੇਸ਼ ਵੇ, ਕਰ ਵਿਦਿਆ ਧਰਮੀ ਬਾਬਲਾ, ਧੀ ਚੱਲੀ ਆਪਣੇ ਦੇਸ਼ ਵੇ, ਧੀ ਚੱਲੀ ਆਪਣੇ ਦੇਸ਼ ਵੇ। ਨਹੀਂ ਮੈਨੂੰ ਯਾਦਾਂ ਭੁੱਲਦੀਆਂ, ਨਹੀਂ ਮੈਨੂੰ ਯਾਦਾਂ ਭੁੱਲਦੀਆਂ, ਕਿਵੇਂ ਡੋਲੀ ਚੜ ਕੇ ਆਈ ਮੈਂ ਸਿੰਘਣੀ ਅਣਖੀ ਸ਼ੇਰ ਦੀ, ਗਈ ਫੋਟੋ ਨਾਲ ਵੇ ਆਈ ਮੈਂ, ਗਈ ਫੋਟੋ ਨਾਲ ਵੇ ਆਈ ਮੈਂ। ਸ਼ਗਨਾਂ ਦੇ ਨਾਲ ਧੀ ਦਾ, ਕਿਵੇਂ ਸ਼ਗਨਾਂ ਦੇ ਨਾਲ ਧੀ ਦਾ, ਕੀਤਾ ਘਰ ਦੇ ਵਿੱਚ ਪ੍ਰਵੇਸ਼ ਵੇ, ਕਰ ਵਿਦਿਆ ਧਰਮੀ ਬਾਬਲਾ, ਧੀ ਚੱਲੀ ਆਪਣੇ ਦੇਸ਼ ਵੇ, ਧੀ ਚੱਲੀ ਆਪਣੇ ਦੇਸ਼ ਵੇ। ਭੁੱਲੇ ਪੰਜ ਜਨਵਰੀ ਰਾਤ ਨਾ, ਭੁੱਲੇ ਪੰਜ ਜਨਵਰੀ ਰਾਤ ਨਾ, 1999 ਸੰਨ ਦੀ ਮੈਂ ਸੁੱਤੀ ਨਾ ਇੱਕ ਮਿੰਟ ਵੀ, ਰਹੀ ਦਿਲ ਵਿੱਚ ਮਨਤਾ ਮਨ ਦੀ, ਰਹੀ ਦਿਲ ਵਿੱਚ ਮਨਤਾ ਮਨ ਦੀ। ਮੇਰਾ ਸੱਜਣ ਰੰਗਲਾ ਗੱਲ ਨੂੰ, ਜ਼ਿੰਦਗੀ ਰੇਸ ਵੇ, ਕਰ ਵਿਦਿਆ ਧਰਮੀ ਬਾਬਲਾ, ਧੀ ਚੱਲੀ ਆਪਣੇ ਦੇਸ਼ ਵੇ, ਧੀ ਚੱਲੀ ਆਪਣੇ ਦੇਸ਼ ਵੇ। ਸਭ ਵੀਰਾਂ ਭੈਣਾਂ ਮੇਰੀਆਂ, ਸਭ ਵੀਰਾਂ ਭੈਣਾਂ ਮੇਰੀਆਂ, ਜੋ ਦਿੱਤਾ ਮੈਨੂੰ ਪਿਆਰ ਹੈ, ਇਸ ਘਰ ਜੋ ਮਿਲਿਆ ਰੱਜ ਕੇ, ਕਿਵੇਂ ਭੁੱਲਾਂ ਮੈਂ ਸਤਕਾਰ ਹੈ, ਕਿਵੇਂ ਭੁੱਲਾਂ ਮੈਂ ਸਤਕਾਰ ਹੈ। ਟੋਟ ਹੈ ਹੁੰਦੀ ਉਸ ਨੂੰ, ਕਾਦੀ ਟੋਟ ਹੈ ਹੁੰਦੀ ਉਸ ਨੂੰ, ਜੀਦਾ ਬਾਪੂ ਦਿਲ ਦਰਵੇਸ਼ ਵੇ, ਕਰ ਵਿਦਿਆ ਧਰਮੀ ਬਾਬਲਾ, ਧੀ ਚੱਲੀ ਆਪਣੇ ਦੇਸ਼ ਵੇ, ਧੀ ਚੱਲੀ ਆਪਣੇ ਦੇਸ਼ ਵੇ। ਜਾਣੇ ਅਣਜਾਣੇ ਜੋ ਵੀ, ਜਾਣੇ ਅਣਜਾਣੇ ਜੋ ਵੀ ਹੈ, ਭੁੱਲਾਂ ਦਾਸੀ ਕੀਤੀਆਂ, ਨਾ ਰੱਖਿਆ ਗੰਢਾਂ ਬੰਨ ਕੇ, ਜੋ ਜੋ ਵੀ ਹੋਈਆਂ ਬੀਤੀਆਂ, ਜੋ ਜੋ ਵੀ ਹੋਈਆਂ ਬੀਤੀਆਂ। ਲਓ ਬਖਸ਼ ਨਾ ਮਾਣੀ ਜਿੰਦ ਨੂੰ, ਲਓ ਬਖਸ਼ ਨਾ ਮਾਣੀ ਜਿੰਦ ਨੂੰ, ਜੇ ਭੁੱਲ ਕੇ ਲੱਗੀ ਠੇਸ ਵੇ, ਕਰ ਵਿਦਿਆ ਧਰਮੀ ਬਾਬਲਾ, ਧੀ ਚੱਲੀ ਆਪਣੇ ਦੇਸ਼ ਵੇ, ਧੀ ਚੱਲੀ ਆਪਣੇ ਦੇਸ਼ ਵੇ। ਦੇ ਹੌਸਲਾ ਬਾਪੂ ਆਖਰੀ, ਦੇ ਹੌਸਲਾ ਬਾਪੂ ਆਖਰੀ, ਨਾ ਮੰਗ ਦਿੱਤੀ ਕੁਝ ਹੋਰ ਹੈ, ਬਸ ਗੱਲ ਹੈ ਇੱਕ ਦੋ ਪਲਾਂ ਦੀ, ਸਾਹਾਂ ਦੀ ਟੁੱਟਣੀ ਡੋਰ ਹੈ, ਸਾਹਾਂ ਦੀ ਟੁੱਟਣੀ ਡੋਰ ਹੈ। ਮੇਰਾ ਗੁੰਦ ਹੈ ਵਾਜਾ ਮਾਰਦਾ ਯੂੰ, ਮੇਰਾ ਕੰਤ ਹੈ ਵਾਜਾ ਮਾਰਦਾ, ਸਾਂਭ ਬਰੇਸ ਵੀ, ਕਰ ਵਿਦਿਆ ਧਰਮੀ ਬਾਬਲਾ, ਧੀ ਚੱਲੀ ਆਪਣੇ ਦੇਸ਼ ਵੇ, ਧੀ
ਚੱਲੀ ਆਪਣੇ ਦੇਸ਼ ਵੇ ਬਸ ਅੰਤਮ ਵਾਰੀ ਧੀ ਦੇ ਬਸ ਅੰਤਮ ਵਾਰੀ ਧੀ ਦੇ ਹੱਥ ਸਿਰ ਤੇ ਰੱਖ ਕੇ ਤੋਰ ਦੇ ਮੈਂ ਪੁੱਜਾ ਕੋਲੇ ਕੰਤ ਦੇ ਵੇਲੇ ਹੋਵਣ ਚੰਦ ਚਕੋਰ ਦੇ ਵੇਲੇ ਹੋਵਣ ਚੰਦ ਚਕੋਰ ਦੇ ਗੁਰਮੁਖ ਸਿਆਂ ਉਜਲੇ ਮੁਖੜੇ ਗੁਰਮੁਖ ਸਿਆਂ ਉਜਲੇ ਮੁਖੜੇ ਜਾ ਕੋਲ ਗੁਰੂ ਦਸ਼ਮੇਸ਼ ਵੇ ਕਰ ਵਿਦਿਆ ਧਰਮੀ ਬਾਬਲਾ ਧੀ ਚੱਲੀ ਆਪਣੇ ਦੇਸ਼ ਵੇ ਧੀ ਚੱਲੀ ਆਪਣੇ ਦੇਸ਼ ਵੇ ਇਉਂ ਕਹਿੰਦਿਆਂ ਕਹਿੰਦਿਆਂ ਅੰਮ੍ਰਿਤ ਵੇਲੇ 26 ਦਸੰਬਰ ਸਨ 2000 ਨੂੰ ਪ੍ਰਾਣ ਪੰਖੇਰੂ ਉੱਡ ਗਏ ਇਹ ਦੇਵੀ ਸ਼ਹੀਦਾਂ ਦੇ ਕੋਲ ਜਾ ਪਹੁੰਚੀ ਹੈ ਜਿਵੇਂ ਜਿਵੇਂ ਇਲਾਕੇ ਨੂੰ ਪਤਾ ਲੱਗਦਾ ਗਿਆ 50,000 ਦੇ ਕਰੀਬ ਲੋਕ ਇਹਦੇ ਸੰਸਕਾਰ ਦੇ ਮੌਕੇ ਤੇ ਅਗਵਾਲ ਪਿੰਡ ਵਿੱਚ ਇਕੱਠੇ ਹੋ ਗਏ ਵਿਚਾਰ ਕੀਤੀ ਗਈ ਜਿੱਥੇ ਸ਼ਹੀਦਾਂ ਦਾ ਗੁਰਦੁਆਰਾ ਬਣਾਇਆ ਉੱਥੇ ਇਸ ਬੱਚੀ ਦਾ ਅੰਤਮ ਸੰਸਕਾਰ ਕੀਤਾ ਜਾਵੇ ਪਰ ਜਦੋਂ ਸੰਸਕਾਰ ਕਰਨ ਲੱਗੇ ਸਰਕਾਰੀ ਬੰਦਿਆਂ ਨੂੰ ਪਤਾ ਨਹੀਂ ਕੀ ਐਲਰਜੀ ਹੁੰਦੀ ਹੈ ਕੁਝ ਬੰਦੇ ਆ ਧਮਕੇ ਕਹਿਣ ਲੱਗੇ ਨਹੀਂ ਇੱਥੇ ਤੁਸੀਂ ਇਹਦਾ ਸੰਸਕਾਰ ਨਹੀਂ ਕਰ ਸਕਦੇ ਜਦੋਂ ਇਹ ਸ਼ਬਦ ਕਹੇ ਬਾਪੂ ਤਰਲੋਕ ਸਿੰਘ ਵਜਨ ਜਾ ਗਿਆ ਕਹਿਣ ਲੱਗਾ ਲੋੜਾ ਪੈ ਗਿਆ ਇਹ ਮੇਰੀ ਜ਼ਮੀਨ ਜਿਹਦੇ ਵਿੱਚ ਮੈਂ ਸ਼ਹੀਦਾਂ ਦਾ ਗੁਰਦੁਆਰਾ ਬਣਾਇਆ ਇਹ ਮੇਰੀ ਨੂੰਹ ਤੁਸੀਂ ਕੌਣ ਹੁੰਦੇ ਹੋ ਰੋਕਣ ਵਾਲੇ ਜਿੰਨੀ ਉੱਥੇ ਸੰਗਤ ਸੀ ਸਾਰੀ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿੱਚ ਸਾਥ ਦਿੱਤਾ ਤੇ ਉਸ ਬੱਚੀ ਦਾ ਉੱਥੇ ਸ਼ਹੀਦਾਂ ਦੇ ਕੋਲ ਹੀ ਬੀਬੀ ਸੁਰਿੰਦਰ ਕੌਰ ਦਾ ਅੰਤਮ ਸੰਸਕਾਰ ਕੀਤਾ ਗਿਆ ਠੀਕ ਹੈ ਬਹੁਤ ਵੱਡੀ ਕੁਰਬਾਨੀ ਹੈ ਸਤਵੰਤ ਸਿੰਘ ਬੇਅੰਤ ਸਿੰਘ ਦੀ ਪਰ ਜਿਹੜਾ ਸਿਦਕ ਇਸ ਯੁੱਗ ਵਿੱਚ ਜਿਹੜੇ ਯੁੱਗ ਵਿੱਚ ਆਪਾਂ ਵਿਚਰ ਰਹੇ ਹਾਂ ਜਿਹੜਾ ਸਿਦਕ ਇਸ ਬੱਚੀ ਨੇ ਨਿਭਾਇਆ ਇਹਦੀ ਵੀ ਮਿਸਾਲ ਕਿਤੇ ਦੁਨੀਆਂ ਵਿੱਚ ਨਹੀਂ ਮਿਲਦੀ ਮੈਂ ਇਸ ਪ੍ਰਸੰਗ ਦਾ ਨਾਂ ਰੱਖਿਆ ਸਿਦਕ ਦੀ ਹੱਦ ਯੂਟਿਊਬ ਤੇ ਪਿਆ ਹੋਇਆ ਤੁਸੀਂ ਸਾਰਾ ਸੁਣ ਸਕਦੇ ਹੋ ਸੋ ਮੇਰੇ ਕੋਲ ਅਜੇ 2 ਮਿੰਟ ਆਪਣੇ ਦਿੱਤੇ ਸਮੇਂ ਵਿੱਚੋਂ ਬਾਕੀ ਹੈ ਛੰਦ ਹੁਣ ਕੋਈ ਲੱਗਣਾ ਨਹੀਂ ਇਹਦੇ ਨਾਲ ਹੀ ਮੈਂ ਖਿਮਾ ਦਾ ਜਾ ਚੁੱਕਾਂ ਸਾਰੇ ਪ੍ਰਬੰਧਕਾਂ ਦਾ ਵੀਰ ਸੁਰਜੀਤ ਸਿੰਘ ਜੀ ਸਾਰੀ ਪ੍ਰਬੰਧਕ ਕਮੇਟੀ ਸਤਿਕਾਰਯੋਗ ਬਾਬਾ ਸਤਨਾਮ ਸਿੰਘ ਜੀ ਬਾਬਾ ਜਗੀਰ ਸਿੰਘ ਜੀ ਕਾਰ ਸਾਹਿਬ ਵਾਲੇ ਗੁਰੂ ਕੇ ਬਾਗ ਵਾਲੇ ਮਹਾਂਪੁਰਸ਼ ਜਿਨ੍ਹਾਂ ਦੀਆਂ ਸਮਾਵਾਂ ਥਾਂ ਥਾਂ 'ਤੇ ਚੱਲਦੀਆਂ ਬਹੁਤ ਸਾਰੇ ਸਥਾਨਾਂ 'ਤੇ ਸਾਨੂੰ ਯਾਦ ਕਰਕੇ ਇਹ ਸੰਗਤਾਂ ਦੇ ਦਰਸ਼ਨ ਕਰਵਾਉਂਦੇ ਹੈ ਇਹਨਾਂ ਮਹਾਂਪੁਰਸ਼ਾਂ ਦਾ ਧੰਨਵਾਦ ਸਾਰੇ ਸੰਗਤ ਦਾ ਬੀਬੀਆਂ ਭੈਣਾਂ ਦਾ ਸਰਦਾਰ ਰਣਜੀਤ ਸਿੰਘ ਜੀ ਭਾਈ ਰਣਜੀਤ ਸਿੰਘ ਜੀ ਦਮਦਮਾ ਸਾਹਿਬ ਵਾਲੇ ਵਿਦਵਾਨ ਸੱਜਣ ਜਿਹੜੇ ਸਟੇਜ ਸਕੱਤਰ ਦੀ ਵੀ ਡਿਊਟੀ ਨਾਲ ਨਿਭਾ ਰਹੇ ਹੈ ਉਹਨਾਂ ਵੱਲੋਂ ਪਾਲ ਸਿੰਘ ਜੀ ਚੀਮਾ ਕੁੱਡੀ ਕਰਮ ਸਿੰਘ ਜੀ ਚੀਮਾ ਕੁੱਡੀ ਬਿਕਰਮਜੀਤ ਸਿੰਘ ਜੀ ਰਾਜੂ ਚੀਮਾ ਕੁੱਡੀ ਇਹਨਾਂ ਸਾਰਿਆਂ ਵੱਲੋਂ ਜਥੇ ਸਤਿਕਾਰ ਕੀਤਾ ਗਿਆ ਸਾਰਿਆਂ ਦਾ ਧੰਨਵਾਦ ਸਦਾ ਹੀ ਸਾਡਾ ਬਾਪੂ ਇੱਥੇ ਹਾਜ਼ਰੀ ਭਰਦਾ ਰਿਹਾ ਪਰ ਅਕਾਲ ਪੁਰਖ ਦਾ ਭਾਣਾ 70 ਸਾਲ ਪੰਥ ਦੀ ਸੇਵਾ ਕਰਕੇ ਪਿਛਲੇ ਸਾਲ 9 ਨਵੰਬਰ ਨੂੰ ਉਹ ਚੜ੍ਹਾਈ ਕਰ ਗਏ ਸੋ ਉਹਨਾਂ ਦੀ ਯਾਦ ਵੀ ਮੈਨੂੰ ਇੱਥੇ ਆ ਕੇ ਯਾਦ ਆਉਂਦੀ ਹੈ ਉਹ ਸਾਡੇ ਨਾਲ ਭਾਵੇਂ ਇੱਕ ਛੰਦ ਹੀ ਆ ਕੇ ਹਾਜ਼ਰੀ ਭਰਨ ਸੰਗਤ ਉਡੀਕਦੀ ਸੀ ਉਹਨਾਂ ਦੇ ਰਸਣਾਂ ਤੇ ਜੋ ਬੋਲ ਸਨ ਉਹ ਸਾਰਿਆਂ ਨੂੰ ਟੁੰਬਦੇ ਸਨ ਪਰ ਸਦਾ ਕੋਈ ਇਸ ਸੰਸਾਰ ਤੇ ਰਿਹਾ ਨਹੀਂ ਸਾਰਿਆਂ ਚਲਾ ਜਾਣਾ ਪਰ ਬਹੁਤ ਵੱਡੀ ਘਾਟ ਪੰਥ ਨੂੰ ਸਾਨੂੰ ਤੇ ਪਈ ਪਈ ਹੈ ਸਾਰੀ ਸਿੱਖ ਕੌਮ ਨੂੰ ਉਹ ਘਾਟ ਜ਼ਰੂਰ ਲੜਕਦੀ ਹੈ ਸੱਚੇ ਪਾਤਸ਼ਾਹ ਕਿਰਪਾ ਕਰੇ ਜੋ ਸਾਨੂੰ ਉਹ ਸਿਖਾ ਕੇ ਗਏ ਹਨ ਉਸ ਪਰੰਪਰਾ ਨੂੰ ਉਸ ਕਵੀਸ਼ਰੀ ਨੂੰ ਉਸ ਟਕਸਾਲ ਨੂੰ ਅਸੀਂ ਅੱਗੇ ਤੋਰਨ ਦਾ ਯਤਨ ਇਸੇ ਤਰ੍ਹਾਂ ਜ਼ਰੂਰ ਕਰਦੇ ਰਹਾਂਗੇ ਤੁਹਾਡੀਆਂ ਅਸੀਸਾਂ ਦਾ ਸਦਕਾ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਹੋਈਆਂ ਭੁੱਲਾਂ ਦੀ ਵਾਫੀ ਜੀ ਆਉਣ ਵਾਲਿਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ